ਸਸ ਵੀ ਗੱਲ ਤੇ ਅਸਲਾਮੁਅਲੈਕੁਮ ਕੀ ਹਾਲ ਹੈ ਜੀ ਸਾਨੂੰ ਦੇਖਣ ਆਲੇ ਹੋ ਪਿਆਰ ਕਰਨ ਵਾਲੇ ਹੋ ਮੁਹੱਬਤਾਂ ਦਾ ਬਹੁਤ-ਬਹੁਤ ਸ਼ੁਕਰੀਆ ਹਰ ਵੀਡੀਓ ਦੇ ਵਿੱਚ ਥੱਲੇ ਕਮੈਂਟਾਂ ਦੀ ਝੜੀ ਲਾਣ ਵਾਲੇ ਹੋ ਵੈਲਕਮ ਖੁਸ਼ ਆਮਦੀਦ ਐਂਡ ਸੋ ਵਗਤ 3 ਬਣੀ ਰੀਐਕਟਸ ਦੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਥੈਂਕ ਯੂ ਕਿ ਤੁਸੀਂ ਇੰਨੇ ਸਾਰੇ ਕਮੈਂਟਸ ਕੀਤੇ ਚੈਨਲ ਚੈਨਲ ਦੇ ਨਾਮ ਕੀ ਰੱਖਣੇ ਚਾਹੀਦੇ ਉਹ ਤੁਹਾਡੀ ਫਰਮਾਇਸ਼ਾ ਔਰ ਜੋ ਹੈ ਸਭ ਕੋ ਸਾਨੂੰ ਪਤਾ ਲੱਗ ਗਿਆ ਤੇ ਅਸੀਂ ਹੁਣ ਸੋਚ ਵਿਚਾਰ ਕਰਕੇ ਇੱਕ ਨਾ ਫਾਈਨਲ ਕਰਕੇ ਤੁਹਾਡੇ ਅੱਗੇ ਛੇਤੀ ਲੈ ਕੇ ਆਵਾਂਗੇ ਵੀਡੀਓ ਗਾਇਜ਼ ਅੱਜ ਦੀ ਹੈਗੀ ਜਿੱਦਾਂ ਤੁਹਾਨੂੰ ਪਤਾ ਹੈ ਉਸਤਾਦ ਜੀ ਸਾਡੇ ਸਜਾਜਾਨੀ ਸਾਹਿਬ ਦਾ ਥੋੜਾ ਜਿਹਾ ਰੋਲਾ ਚੱਲ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਕਿੰਦਾ ਚੀਜ਼ਾਂ ਨੂੰ ਭੰਡਿਆ ਜਾ ਰਿਹਾ ਹੈ ਸੋ ਇਸ ਦੇ ਰਿਗਾਰਡਿੰਗ ਅੱਜ ਦਾ ਇੱਕ ਇੰਟਰਵਿਊ ਕੀਤਾ ਗਿਆ ਹੈ ਹਸਨੈਨ ਨੇ ਹਸਨੈਨ ਨੇ ਕੀਤਾ ਹੈ ਕਿਹਦੇ ਨਾਲ ਕੀਤਾ ਹੈ 우ਮਰ ਸਲੀਮ ਸਾਹਿਬ ਨਾਲ ਉਮਰ ਸਲੀਮ ਸਾਹਿਬ ਨਾਲ ਇੰਟਰਵਿਊ ਕੀਤਾ ਹੈ ਤਾਂ ਦੇਖਦੇ ਹਾਂ ਕੀ ਗੱਲਾਂ ਬਾਤਾਂ ਕੀਤੀਆਂ ਨੇ ਆਈ ਥਿੰਕ ਹਸਨੈਨ ਬਹੁਤ ਟਾਈਮ ਤੋਂ ਕੰਮ ਕਰਦਾ ਰਿਹਾ ਹੈ ਉਹਨਾਂ ਸ਼ਖਸ ਦੇ ਨਾਲ ਤੇ ਕਾਫੀ ਅੰਦਰ ਦੀ ਨੋਲੇਜ ਵੀ ਹੈਗੀ ਹੈ ਉਹਨੂੰ ਕਿ ਬਈ ਕਿੰਦਾ ਚੀਜ਼ਾਂ ਮਤਲਬ ਦੋਵੇਂ ਪਾਸੇ ਦੀ ਸੁਣੀ ਜ਼ਰੂਰੀ ਹੁੰਦੀ ਹੈ ਸਾਨੂੰ ਰਾਈਟ ਕਿ ਅਸੀਂ ਸਿਰਫ ਇੱਕ ਪਾਸੇ ਦਾ ਸੁਣ ਕੇ ਨਹੀਂ ਕਰ ਸਕਦੇ ਹੁਣ ਸਾਡੇ ਪਾਸੇ ਸਾਡੇ ਕੋਲ ਦੂਜੇ ਪਾਸੇ ਦੇ ਵਿਊਜ਼ ਵੀ ਹੋਣੇ ਜ਼ਰੂਰੀ ਹੈ ਜੇ ਅਸੀਂ ਕੋਈ ਡਿਸੀਜਨ ਦੇਣਾ ਹੈ ਸੋ ਬੈਸਟ ਆਪਾਂ ਅੱਜ ਦਾ ਇੰਟਰਵਿਊਸ ਹੁੰਦੇ ਹਨ ਤੇ ਦੂਜੇ ਪਾਸੇ ਦੇਖਦੇ ਹਾਂ ਕੀ ਗੱਲਾਂ ਹੋਈਆਂ ਨੇ ਤੇ ਕੀ ਸੱਟਾ ਨਿਕਲਦਾ ਹੈ ਗੱਲਾਂ ਦਾ ਸੋ ਬੇਸਿਕਲੀ ਕਰਦੇ ਆ ਸਟਾਰਟ ਬਾਕੀ ਗੱਲਾਂ ਦੂਜੇ ਪਾਸੇ ਜੇ ਤੂੰ ਦੂਸਰੀ ਬੇਗਮ ਸਜਾ ਜਾਣੀ ਵੀ ਤੇ ਤੇਰਾ ਤੀਸਰਾ ਮੀਆਂ ਹੈ ਤੁਹਾਨੂੰ ਲੱਗਦਾ ਹੈ ਕਿ ਇੱਕ ਸਜਾ ਜਾਣੀ ਕਿਸੇ ਦੇ ਘਰ ਗਿਆ ਹੈ ਕੰਦ ਟੱਪੀ ਏ ਉਹਦੇ ਪਰਸੇ ਚੋਂ 90000 ਕੱਢ ਲਿਆ ਹੈ ਉਹਦੇ ਸਿਰ ਤੇ ਪਸਤੌਰ ਰੱਖਦਾ ਹੈ ਗਵਾਹ ਸੀ ਉਸ ਦਾ ਹਾਂਜੀ ਅਬੀਰਾ ਲੋ ਯਾਰ ਮੈਂ ਇਹਨੂੰ ਸਗੀ ਭੈਣ ਮੰਨਦਾ ਸੀ ਅਬੀਰਾ ਨੂੰ ਤੇ ਭਾਈ ਜਾਨ ਸ਼ਾਦੀ ਤੋਂ ਪਹਿਲੇ ਹੀ ਪਤਾ ਸੀ ਕਿ ਭੈਣ ਦੀ ਸ਼ਾਦੀ ਹੋਈ ਏ ਕਿੰਨੇ ਬੱਚੇ ਨੇ ਹਾਂ ਮੈਂ ਸਜਾ ਜਾਣੇ ਦੀ بیوی ਹਾਂ ਇਹ ਦੋ ਰਹੀ ਜਿਹਦੋਂ ਇਹਨੂੰ ਤਲਾਕ ਹੋ ਗਈ ਹੈ ਨਾ ਉਦੋਂ ਕਹਿਣ ਦੇਈ ਆ ਮੈਂ ਸਜਾਜਾਨੀ ਦੀ ਭੀਵੀ ਆ ਇਹਨਾਂ ਦੋਵਾਂ ਨੇ ਘਰ ਚ ਬੈ ਕੇ ਵੀਡੀਓ ਬਣਾ ਰਹੀਆਂ ਨੇ ਨਾ ਉਹ ਮੇਰੇ ਖਿਆਲ ਨਾਲ ਸਜਾਜਾਨੀ ਨੇ ਲੈ ਕੇ ਦਿੱਤੇ ਹੋਏ ਨੇ ਇਹਨਾਂ ਨੂੰ ਉੱਥੇ ਗਏ ਨੇ ਜਦੋਂ ਤਫਤੀਸ਼ੀ ਨੇ ਦੇਖਿਆ ਹੈ ਕਿ ਇਹ ਤੇ 4 ਤਰੀਕ ਨੂੰ ਫੈਸਲਾਬਾਦ ਸੀ ਗਏ ਅਬੀਰ ਨੇ ਕਿਹਾ ਜੀ ਨਹੀਂ 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 ਜੀ ਏ ਮੇਰੇ ਕੋਲੋਂ ਗਲਤ ਲਗਾ ਹੋ ਗਈ 7 ਤਰੀਕ ਨੂੰ ਆਏ ਸੀ ਚਾਰ ਨਹੀਂ 7 ਸੀਗੇ ਇਹਨੇ ਖਰਚਾ ਮੰਗਿਆ ਹੀ ਨਹੀਂ ਹੈ ਇਹ ਤਾਂ ਕਿ ਯਾਰ ਖਰਚਾ ਮੰਗੇ ਮੈਂ ਖਲੋਕੇ ਮੈਂ ਇਹਦੇ ਲੋਖ ਲੋਕੇ ਜੇ ਉਸਤਾਦ ਮੇਰਾ ਨਹੀਂ ਨਾ ਦੇਗਾ ਤੇ ਮੈਂ ਲੈ ਕੇ 다ਉਂਗਾ ਤੇ ਇਹਦੇ ਥੰਬਨੇਲ ਇਹਦੀਆਂ ਵੀਡੀਓਜ਼ ਦੇ ਵਿੱਚ ਗੱਲਾਂ ਕੀ ਹੁੰਦੀਆਂ ਸੀ ਹਾਏ ਜੈਨੂਲ ਗੱਲ ਮੈਂ ਤੇਰੇ ਕੋਲ ਆਜਮਾ ਮੈਨੂੰ ਇੰਨੇ ਪ੍ਰਪੋਜ਼ ਕਰਤਾ ਮੈਨੂੰ ਉਹਨੇ ਪ੍ਰਪੋਜ਼ ਕਰਤਾ ਦੇਖ ਲੋ ਇਹ ਵੀ ਉਹ ਥੰਬਨੇਲ ਹੋਈ ਨਹੀਂ ਸਜਾਦ ਜਾਨੀ ਮੰਨ ਗਿਆ हां जी कि मेरा टेस्ट करा लो मैं रेडी आज इन्हें कीता है वो मानेंगे इते इल्जाम लगा है लग ठीक है तो जिने लाया है वो फोन ही नहीं ਚੁੱਕ ਰਹੀ ਯਾਰ 6 ਘੰਟੇ ਤੇ ਅਸੀਂ ਫਿਰਦੇ ਨੇ ਲੋਰ ਲੜਕੀ ਦੇ ਕੈਰੈਕਟਰ ਤੇ ਅਗਰ ਸਬੂਤ ਹੈ ਵਾ ਤੇ ਇਹ ਗੱਲ ਕਰਨੀ ਤੇ ਨਾ ਕਰ ਤੇ ਮੇ ਜਾਣਦੇ ਟੋਟੇ ਇਹਦੇ ਜਿਆ ਸਬੂਤ ਆ ਆ ਨਾਲ ਚੱਕ ਕੇ ਵੇਰਦਾ ਸਬੂਤ ਜੜਦਾ ਪੁੱਤ ਨਾਲ ਸਬੂਤ ਚੱਕ ਕੇ ਵੇਰਦਾ ਸਤਿ ਆਵੰਦੋ ਦੋਸਤੋ ਵੈਲਕਮ ਟੂ ਵੀਡੀ ਟਾਕ ਔਰ ਅੱਜ ਕੀ ਜੋ ਵੀਡੀ ਟਾਕ ਹੈ ਬਹੁਤ ਸਪੈਸ਼ਲ ਹੈ ਔਰ ਅੱਜ ਜੋ ਮੇਰੇ ਗੈਸਟ ਬੈਠੇ ਹੈ ਮੈਂ ਮੈਂ ਚਾਹਾਂਗਾ ਅੱਜ ਪੰਜਾਬੀ ਨਾਲ ਗੱਲ ਕਰਾਂ ਕਿਉਂਕਿ ਬੜਾ ਕੰਫਰਟੇਬਲ ਹੈ ਪੰਜਾਬੀ ਦੇ ਵਿੱਚ ਪੰਜਾਬੀ ਸਜਾਦ ਜਾਨੀ ਭਾਈ ਨੂੰ ਤੁਸੀਂ ਜਾਣਦੇ ਹੋਗੇ ਬੜੇ ਮਸ਼ਹੂਰ ਪਾਕਿਸਤਾਨ ਦੇ ਕਲਾਕਾਰ ਨੇ ਇੱਕ ਆਰਟਿਸਟ ਨੇ ਲੋਕਾਂ ਨੂੰ ਸਾਹਦੇ ਨੇ ਕਮੇਡੀਅਨ ਨੇ ਮੇਰੇ ਨਾਲ ਵੀ ਕੁਝ ਸਟਾਰਟ ਜਿਸੀ ਵੀਡੀਓ ਬਣਾਈ ਹੈ ਇਸ ਇਕੱਠੀਆਂ ਕਿਸੇ ਜ਼ਮਾਨੇ ਚ ਬਹੁਤ ਸ਼ੁਰੂ ਦੀ ਗੱਲ ਹੈ ਤੇ ਇੱਕ ਕੈਰੈਕਟਰ ਐਸਾ ਜਿਹੜਾ ਮੇਰਾ ਤੇ ਜਾਨੀ ਭਾਈ ਦੇ ਨਾਲ ਤੇ ਇੱਕ ਹੋਰ ਸੀ ਜਿੰਨਾ ਜਿੰਨਾ ਬਾਰੇ ਚ ਗੱਲ ਕਰਾਂਗੇ ਹੁਣੀ ਅਬੀਰਾ ਦੇ ਬਾਰੇ ਚ ਜਿਹਨੇ ਅੱਜ ਕੱਲ ਬੜਾ ਇਸ਼ੂ ਉੱਠਿਆ ਉਹਦੇ ਨਾਲ ਕੰਮ ਕੀਤਾ ਹੈ ਤੇ ਇਹ ਜਿਹੜਾ ਸਾਡਾ ਕੈਰੈਕਟਰ ਬੈਠਾ ਹੈ ਹਸਨਾਨ ਬਹੁਤ ਪੁਰਾਣਾ ਸਾਥੀ ਦੋਸਤ ਹੈਗੇ ਆਪਾਂ ਅਪਚ ਮਹਿਲ ਜਦੋਂ ਸ਼ੁਰੂ ਕੀਤਾ ਸੀਗਾ ਮੀਡੀਆ ਤੇ ਆਣਾ ਜਦੋਂ ਮੈਂ ਜ਼ੀਰੋ ਸੀ ਉਦੋਂ ਦਾ ਤੁਹਾਡਾ ਦੋਸਤ ਹਾਂ ਵਾ 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 ਜਦੋਂ ਤੂੰ ਕੰਮ ਮਹਿਲ ਐਜ਼ ਅ ਆਫਿਸ ਬாய் ਸ਼ੁਰੂ ਕੀਤਾ ਐਜ਼ ਅ ਆਫਿਸ ਬாய் ਕੰਮ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਮੀਡੀਆ ਤੇ ਆ ਗਿਆ ਉਸ ਤੋਂ ਬਾਅਦ ਅੱਲਾ ਨੇ ਬਾਹ ਫੜ ਲਈ ਤੇ ਉਹ ਲਾਇਦਾ ਗੱਲ ਤੇਰੀ ਛੁਡਾਣੀਆਂ ਬਹੁਤ ਜ਼ਬਰਦਸਤ ਤੇਰੀਆਂ ਹਾਂ ਤੋ ਤਿੰਨ ਵਾਰੀ ਉਸ ਤੋਂ ਬਾਅਦ ਸਜਾਦ ਜਾਨੇ ਭਾਈ ਨਾ ਜਨਾਬ ਨੇ ਕੰਮ ਕੀਤਾ ਹੈ ਕਾਫੀ ਉਸ ਤੋਂ ਬਾਅਦ ਅਬੀਰਾ ਦੇ ਨਾਲ ਬੜੀ ਦੇਰ 2 ਸਾਲ ਤਕਰੀਬਨ ਵੀਡੀਓਜ਼ ਬਣਾਈਆਂ ਨੇ ਰਾਈਟ ਤੇ ਅੱਜ ਕੱਲ ਜਿਹੜਾ ਸਜਾਦ ਜਾਨੀ ਦੇ ਉੱਤੇ ਇਲਜ਼ਾਮਾਤ ਲੱਗੇ ਨੇ ਤੇ ਉਹਦੇ ਵਿੱਚ ਇੱਕ ਕੈਰੈਕਟਰ ਐਸਾ ਹੋ ਜਿਹੜਾ ਬਿਲਕੁਲ ਵਿਚਕਾਰ ਲਾਇਕ ਕਰ ਰਿਹਾ ਠੀਕ ਹੈ ਦੋਵੇਂ ਪਾਸੇ ਕੰਮ ਕਰਦੇ ਨੇ ਸਾਡੇ ਕੋਲ ਅੱਜ ਮੌਜੂਦ ਨੇ ਆਏ ਨੇ ਗੱਲਬਾਤ ਕਰਦੇ ਆਂ ਤੇ ਵੇਖਦੇ ਆਂ ਕਿ ਕੀ ਚੱਲ ਰਿਹਾ ਅੱਜ ਕੱਲ ਸਜਾਦ ਭਾਈ ਦੇ ਉੱਤੇ ਇਲਜ਼ਾਮਾਤ ਨੇ ਡਿਫਰੈਂਟ ਕਿ ਇਹਨਾਂ ਮਤਲਬ ਜ਼ਿਆਤੀ ਕੀਤੀ ਹੈ ਕਿਸੇ ਦੇ ਘਰ ਗੋਸਕੇ ਹਾਂਜੀ ਇਹ ਪਰਚਾ ਜਿਹੜਾ ਸਜਾਦ ਜੈਨੀ ਦੇ ਪਰਚਾ ਆਇਆ ਕਿਸੇ ਨੇ ਘਰ ਗੋਸਕੇ ਜ਼ਿਆਤੀ ਕੀਤੀ ਹੈ ਔਰ ਪੈਸੇ ਵੀ ਚੋਰੀ ਕੀਤੇ ਨੇ ਜੁਮਕੇ ਚੁਮਕੇ ਵੀ ਕੋਈ ਹਾਂਜੀ 90000 ਰੁਪਏ ਆ ਜੁਮਕੇ ਉਸ ਤੋਂ ਬਾਅਦ ਪਿਸਟਲ ਅੰਦਰ ਲੈ ਗਏ ਨੇ ਜ਼ਿਆਤੀ ਘਰ ਆਏ ਨੇ ਜ਼ਿਆਤੀ ਘਰ ਆਏ ਨੇ ਅੰਦਰ ਜਾ ਕੇ ਕੰਨ ਟੱਪ ਕੇ ਕੰਨ ਟੱਪ ਸਜਾ ਜਾਨੀ ਲੈ ਸਜਾ ਆ ਕੋਈ ਬੰਨੀ ਵੀ ਨਹੀਂ ਟੱਪੀ ਜਾਂਦੀ ਸੁਪਰਮੈਨ ਹੁੰਦੇ ਨੇ ਮਸਲਨ ਕਿ ਉਮਰ ਉਹਨਾਂ ਦੀ ਇੰਨੀ ਹੋ ਗਈ ਹੈ ਨਹੀਂ ਟੱਪ ਸਕਦੇ ਉਸ ਤਾਜੀ ਦਾ ਸੁਪਰਮੈਨ ਨਹੀਂ ਉੱਡਦਾ ਜਿਹੜੇ ਸਵਾਲ ਨੇ ਮੈਂ ਵੀਡੀਓ ਦੇਖੀ ਉਹਦੇ ਵਿੱਚ ਜਿਹੜੇ ਉਠਾਏ ਗਏ ਨੇ ਮੈਂ ਉਹ ਡਿਸਕਸ ਕਰਨਾ ਚਾਹ ਰਿਹਾ ਜੀ ਜ਼ਰੂਰ ਪਹਿਲਾ ਜੀ ਸਵਾਲ ਉਹਨਾਂ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਰੇਦਾ ਨੇ ਕਿਹਾ ਕਿ ਮੁੱਸੇ ਸ਼ਾਦੀਆਂ ਛੁਪਾਈ ਗਈ ठीक है शादी के बाद मुझे जाके पता चला कि मैं कितने नंबर की बीवी हूं एक की निदाकत ए अभीरा ने किया है अभीरा ने किया है हां जी ते अभीरा ने तो भाईजान शादी तो पहले ही पता ਸੀ ਕਿ ਭਾਂਦੀ شادی ਹੋਈ ਹੈ ਕਿੰਨੇ ਬੱਚੇ ਨੇ ਦੱਸੋ ਕਿਉਂਕਿ ਉਹਨਾਂ ਚੋਂ ਇੱਕ ਬੱਚੇ ਨੂੰ ਇਹ ਬਹੁਤ ਗਿਫਟ ਦਿੰਦੀ ਸੀ اچھا ਜਿਹਨੂੰ ਅੱਗੇ ਕਰਕੇ ਇਹਨੇ ਆਪਣੀ شادی ਕਰਵਾਈ ਉਹਦੀ ਸਫਾਰਿਸ਼ ਵੀ ਸੀ ਵਿੱਚ ਥੋੜੀ ਗਲੇ ਨੇ ਬੜਾ ਬੜਾ ਕਲੇਮ ਕਰ ਰਹੇ ਹੋ ਅਬੀਰਾ ਕਹਿ ਰਹੀ ਹੈ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਜਾਨੀ ਦੇ ਪਿੱਛੇ ਕੋਈ ਸ਼ਾਦੀਆਂ ਹੋਈਆਂ ਤੇ ਬੱਚੇ ਵੀ ਹੈ ਠੀਕ ਹੈ ਸ਼ਾਦੀ ਤੋਂ ਬਾਅਦ ਪਤਾ ਚੱਲਿਆ ਕਿ ਉਹ ਬੱਚੇ ਵੀ ਆ ਤੇ ਇਹ ਕੋ ਪੁੱਛੋ ਇਹਨੇ ਅਬੀਰਾ ਕੋ ਪੁੱਛ ਲਓਗੇ ਇਹਨੇ ਸ਼ੂਜ਼ ਲੈ ਕੇ ਦਿੱਤੇ ਸੀ ਇੱਕ ਮੁੰਡੇ ਨੂੰ ਆਪਣੀ ਸ਼ਾਦੀ ਤੋਂ ਪਹਿਲੇ ਫੈਸਲਾਬਾਦ ਦਾ ਇੱਕ ਬੱਚਾ ਸੀ ਅੱਛਾ ਉਹ ਕੌਣ ਸੀ ਕਿਉਂ ਲੈ ਕੇ ਦਿੱਤੇ ਨੇ ਯਾਨੀ ਕਿ ਅਬੀਰਾ ਨੂੰ ਪਤਾ ਸੀ ਕਿ ਸ਼ਾਦੀशुदा ਹੈ ਬੱਚੇ ਵੀ ਹੈ ਜੀ ਬਿਲਕੁਲ ਠੀਕ ਹੈ ਦੱਸੋ ਯਾਰ ਤਾਂ ਦੂਸਰਾ ਦੋਵਾਂ ਦੇ ਆਪਚ تعلقات ਕਿਸ ਰੰਦੇ ਸੀ ਕਿਉਂਕਿ ਉਹਨੇ ਕਲੇਮ ਕੀਤਾ ਕਿ ਜਾਨੀ ਬਈ ਬਹੁਤ ਗਾਲਾਂ ਕੱਢਦੇ ਸੀ ਅਸਤਗਫਿਰुल्लाह ਜੀ ਅਸੀਂ ਤੇ ਉਹਨਾਂ ਦੇ ਪੁੱਤਰਾਂ ਜਿੰਨੇ ਵੀ ਉੱਤੇ ਕੰਮ ਕਰ ਰਹੇ ਆ ਸ਼ਾਗੀਰ ਦਾ ਤੁਹਾਨੂੰ ਵੀ ਪਤਾ ਹੈ ਫੈਸਲ ਭਾਈ ਨੂੰ ਵੀ ਜਾਣਦੇ ਆ ਤੁਸੀਂ ਮਿੱਠੇ ਨੂੰ ਵੀ ਜਾਣਦੇ ਹੋ ਫਰੀਦ ਨੂੰ ਵੀ ਮिन्नੂ ਨੂੰ ਵੀ ਮੈਂ ਇਹਦੇ ਘਰ ਵੀ ਰਿਹਾ ਵਾਂ ਜਦੋਂ ਭਾਇਨ ਹੁੰਦੇ ਸੀ ਅੱਛਾ ਯਾ ਜਦੋਂ ਮੈਂ ਸਟੂਡੀਓ ਭਾਇਨ ਕੋ ਹੁੰਦਾ ਸੀ ਉਦੋਂ ਇਹ ਹੁੰਦੀ ਸੀ ਰੋਟ ਸ਼ੋਗਨ ਤੇ ਉਹ ਬੰਦਾ ਕਿਦਾਂ ਮੈਂ ਤਾਂ ਕਸਮ ਇਹ ਚੁੱਕ ਸਕਦਾ ਮੈਂ ਨਹੀਂ ਆਪਣੇ ਕੰਨਾਂ ਨਾਲ ਇੱਕ ਵੀ ਗੱਲ ਸੁਣੀ ਜੁਗਤਾ 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 ਤੇ ਦਿਨ ਰਾਤ ਇਹ ਬਾਪ ਕੈਮਰੇ ਤੇ ਮੰਨੇਗੀ ਕਿ ਮੈਨੂੰ ਜੁਗਤਾ ਮਾਰਦੇ ਸੀ ਕੋਈ ਛੋਟੀ ਜੁਤੀ ਹੁੰਦੀ ਅੱਛਾ ਇਹਦੇ ਨਾਲ ਤਾਂ ਤੇ ਬੜੀ ਜੁਗਤ ਹੁੰਦੀ ਸੀ ਮਸਲਨ ਮਤਲਬ ਕਿ ਇਹਦਾ ਦੇਖ ਲਓ ਮੂੰਹ ਘੱਟ ਤੇ ਨੱਕ ਜ਼ਿਆਦਾ ਹੈ ਅੱਛਾ ਇਹ ਹੋ ਸਕਦਾ ਇਹਨੂੰ ਗੱਲਾਂ ਕਿਸੇ ਕਨਸੀਡਰ ਕੀਤੀਆਂ ਹੋਣ ਉਹ ਨਹੀਂ ਯਾਰ ਉਹ ਐਵੇਂ ਝੂਠ ਬੋਲ ਰਹੀ ਹੈ ਕੋਈ ਗੱਲ ਚਾਲ ਨਹੀਂ ਹੁੰਦੀ ਹੋ ਸਕਦਾ ਕਿ ਯਾਰ ਕਿਸੇ ਦੇ ਸਾਹਮਣੇ ਕਿਹਾ ਹੋਵੇ ਤੇ ਉਹ ਇਨਸਲਟ ਫੀਲ ਕੀਤੀ ਹੋਵੇ ਕਿ ਯਾਰ ਇਹ ਮੈਨੂੰ ਹੈ ਜੁਗਾ ਤਾਂ ਲੇਕਿਨ ਮੈਨੂੰ ਗਾਲ ਦੀ ਤਰ੍ਹਾਂ ਲੱਗੀ ਕਿਉਂਕਿ ਮੈਂ ਭਾਈ ਜਾਨ ਜੁਗਾ ਤੁਹਾਨੂੰ ਗਾਲ ਲੱਗ ਰਹੀ ਹੈ ਨਾ ਆ ਜੋ ਕੁਝ ਉਹ ਕੈਮਰੇ ਤੇ ਕਰਦੀ ਫਿਰ ਰਹੀ ਹੈ ਇਹ ਫੇਗੀ ਹੈ ਉਹਦੇ ਸਾਹਮਣੇ अच्छा फिर काम ਛੱਡ ਦੇਣਾ ਹੈ ਕਿ ਚੈਨਲ ਤੁਸੀਂ ਦੱਸਿਆ ਕਿ ਜਾਨੀ ਭਾਈ ਨੇ ਬਣਾ ਕੇ ਦਿੱਤਾ ਬੇਸ਼ੱਕ ਇਹ ਉਹ ਤਾਂ ਉਹ ਤੇ ਅੱਧੀ ਦੁਨੀਆਂ ਨੂੰ ਕੰਮ ਅਬੀਰਾ ਕਰ ਰਹੀ ਸੀ ਟੋਟਲ ਨਹੀਂ ਨਹੀਂ ਕੀ ਅਬੀਰਾ ਨੂੰ ਵੌਇਸ ਮੈਸੇਜ ਆਉਂਦੇ ਸੀ ਆ ਤੂੰ ਪੁੱਛਣਾ ਵਾ ਅੱਛਾ ਜਵਾਬ ਤੱਕ ਗੋਣੇ ਹੁੰਦੇ ਸੀ ਕਿ ਜੇ ਤੈਨੂੰ ਉਸ ਭਾਈ ਨੇ ਆ ਗੱਲ ਕੀਤੀ ਤੇ ਤੂੰ ਆ ਕਹਿਣਾ ਵਾ ਜੇ ਉਹ ਗੱਲ ਕੀਤੀ ਤੇ ਆ ਕਹਿਣਾ ਯਾਨੀ ਕਿ ਜਿਹੜਾ ਪੂਰਾ ਪਿੱਛੇ ਮਾਸਟਰ ਮਾਈਂਡ ਸੀਗਾ ਉਹ ਜਾਨੀ ਦਾ ਸੀ ਅਬੀਰਾ ਦੇ ਚੈਨਲ ਦੇ ਪਿੱਛੇ ਜੀ ਬਿਲਕੁਲ ਜਦੋਂ ਪਹਿਲੀ ਵਾਰੀ ਇਹਨੇ ਪੰਜਾਬੀ ਬੋਲੀ ਸੀ ਨਾ ਹਾਂ ਪਾਣ ਦੇ ਸਾਹਮਣੇ ਹਾਂ ਉਦੋਂ ਇਹ ਸਿਰਫ ਕਲੱਚਸ ਬਣਾਉਣਾ ਆਈ ਸੀ ਹੈਂਡ ਮੇਡ ਕਲੱਚਸ ਬਣਾਉਂਦੀ ਸੀ ਅੱਛਾ ਉਹਦੇ ਪੈਸੇ ਲੈਣ ਆਈ ਸੀ ਕਿ ਮੈਨੂੰ ਕਲੱਚਸ ਮੈਂ ਬਣਾਉਂਦੀ ਆ ਮੇਰਾ ਗੁਜ਼ਾਰਾ ਨਹੀਂ ਹੁੰਦਾ ਤੇ ਪਾਣ ਨੇ ਨੂੰ ਪੈਸੇ ਦਿੱਤੇ ਕਲੱਚਸ ਬਣਾਉਣਾ ਹੀ ਤੇ ਜਦੋਂ ਇਹ ਬੋਲਦੀ ਸੀ ਉਰਦੂ ਅੱਛਾ ਥੋੜੀ ਜਿਹੀ ਇੰਗਲਿਸ਼ ਸਪੀਕਿੰਗ ਵੀ ਆ ਇਹ ਵੀ ਕਰਦੀ ਹੈ ਇੰਗਲਿਸ਼ ਸਪੀਕਿੰਗ ਨੇ ਉਰਦੂ ਸਪੀਕਿੰਗ ਨੇ ਹੂੰ ਉਹ ਤੇ ਮਾਂ ਬੋਲੀ ਸਮਝਦੀ ਨਾ ਪੰਜਾਬੀ ਨੂੰ ਉਹ ਸਿਰਫ ਇੱਕ ਘੜਾ ਖੇਡ ਰਹੀ ਪੰਜਾਬੀ ਦਾ ਅੱਛਾ ਤੇ ਵੀ ਬਹੁਤ ਅੱਛੀ ਹੈ ਹਾਂ ਬਹੁਤ ਸੁਰੀਲੀ ਪੰਜਾਬੀ ਉਹ ਵੀ ਮੈਂ ਤੁਹਾਨੂੰ ਦੱਸ ਦਾਂ ਕਿੰਨੇ ਕਿਹਾ ਕਿ ਫਿਰ ਉਸ ਭਾਈ ਨੇ ਕਿਹਾ ਸੀ ਜਦੋਂ ਇਹਨੇ ਪੰਜਾਬੀ ਬੋਲੀ ਕਿ ਮੈਂ ਤੇਰੀ ਇਹ ਹੀ ਪੰਜਾਬੀ ਵੇਚਣੀ ਹੈ ਅੱਛਾ ਇਹ ਉਸ ਭਾਈ ਨੇ ਕਿਹਾ ਹੈ ਤਾਂ ਮੈਂ ਅਫੀਆ ਬਿਆਨ ਦੇਣਾ ਕਿ ਉਸ ਭਾਈ ਨੇ ਕਿਹਾ ਸੀ ਤੇ ਅੱਜ ਉਹਨੇ ਵੇਚੀ ਹੈ ਅੱਛਾ ਪੰਜਾਬੀ ਜੋ ਵੇਚਣ ਦੀ ਗੱਲ ਹੋਉਂਦੀ ਉਦੋਂ ਜਾਣੀ ਪੈ ਦੇਣਾ ਬਸ ਦੋਸਤੀ ਹੋਈ ਹੈਲੋ ਹਾਈ ਹੋਈ ਇੱਕ ਪ੍ਰੋਫੈਸ਼ਨਲ ਰਿਲੇਸ਼ਨ ਬਣਿਆ ਨਾ 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 ਕੋਈ ਰਿਲੇਸ਼ਨ ਨਹੀਂ ਸੀ ਕਿਸੇ ਦੇ ਰੈਫਰੈਂਸ ਨਾਲ ਆਈ ਸੀ ਸਿਰਫ ਇਹ ਕਹਿਣ ਕਿ ਜੀ ਮੈਂ ਮੇਚ ਆ ਟੈਲੈਂਟ ਆ ਅੱਛਾ ਮੇਰੇ ਕੋ ਪੈਸੇ ਨਹੀਂ ਹੈ ਮੇਰੇ ਕੋ ਮਾਰਕੀਟ ਨਹੀਂ ਹੈ ਆ ਕਲੱਚਿਸ ਜਿਹੜੇ ਮੈਂ ਬਣਾਉਂਦੀ ਆ ਇਹ ਵੇਚਣ ਦੀ ਠੀਕ ਹੈ ਤੇ ਭਾਈ ਨੇ ਪੈਸੇ ਦਿੱਤੇ ਸੀ ਉਸੇ ਟਾਈਮ ਹਸਨ ਭਾਈ ਨੇ ਦੁਬਈ ਚ ਸ਼ਾਇਦ ਉਹ ਵੀ ਸੌਂ ਰਹੇ ਹੋਣ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਗੱਲ ਸੱਚੀ ਏ ਇਹਨੂੰ ਵੀ ਪਤਾ ਲੱਗ ਗਿਆ ਹੋਣਾ ਕਿ ਗੱਲ ਸੱਚੀ ਏ ਭਾਈ ਨੇ ਉਹਦਾ ਹੀ ਫੋਨ ਕਰਕੇ ਕਿਹਾ ਸੀ ਕਿ ਯਾਰ ਇਦਾਂ ਇਹਦਾ ਕਲੱਚ ਇਹਦਾ ਚੈਨਲ ਬਣਾ ਕੇ ਦਿੱਤਾ ਵਾ ਉਹਦੀ ਓਨਰਸ਼ਿਪ ਜਾਨੀ ਭਾਈ ਕੋ ਨਾ 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 ਹਾਂ ਐਡਸਨਜ਼ ਇਹਦਾ ਬੈਂਕ ਅਕਾਊਂਟ ਇਹਦਾ ਟੂ ਸਟੈਪ ਵੈਰੀਫਿਕੇਸ਼ਨ ਇਹਦੀ ਉਹ ਕਿਸ ਤਰ੍ਹਾਂ ਕਲੇਮ ਕਰੇ 4 ਲੱਖ ਰੁਪਏ ਆਂਦਾ ਤੇ ਮੈਨੂੰ ਪੇਮੈਂਟ ਭਾਈ ਜਨ ਜਦੋਂ ਇਹ ਕਲੇਮ ਹੋਇਆ ਨਾ ਜਿਹੜੀ ਮੈਂ ਤੁਹਾਡੇ ਨਾਲ ਅੱਗੇ ਗੱਲ ਕੀਤੀ ਕਿ ਵੈਸਨ ਗਿਆ 4 ਲੱਖ ਰੁਪਏ ਆਂਦਾ ਹੂੰ ਉਦੋਂ ਇਹਨੇ ਮੰਗ ਲਿਆ ਉਤੋਂ ਹੀ ਤਾਂ ਲੜਾਈਆਂ ਮਤਲਬ ਕਿ ਇਹਨੇ ਕਿਹਾ ਕਿ ਤੁਸੀਂ ਮੇਰੇ ਪੈਸੇ ਖਾ ਰਹੇ ਹੋ ਇੱਕ ਬੰਦਾ ਹੁਣ ਤੈਨੂੰ ਆਪਣਾ ਕੈਮਰਾ ਦੇ ਰਿਹਾ ਕੈਮਰਾ ਕਿੰਨੇ ਦਾ ਹੁੰਦਾ ਵਾ 750d ਠੀਕ ਹੈ ਐਡੀਟਰ ਦਿੱਤਾ ਹੈ ਤੈਨੂੰ ਕੈਮਰਾਮੈਨ ਦਿੱਤਾ ਹੈ ਉਸ ਤੋਂ ਬਾਅਦ ਤੇਰੀ ਲੋਕੇਸ਼ਨ ਸਾਰੀ ਉਹ ਐਡਜਸਟ ਕਰ ਰਿਹਾ ਉਦੋਂ ਦੇ ਖਰਚੇ ਹੁੰਦੇ ਨੇ ਹੂੰ 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 ਉਦੇ ਤੇ ਖਰਚਾ ਉਦੇ ਤੇ ਜੇ ਬੰਦਾ ਕੋਈ ਜੇਬੋਂ ਖਰਚਾ ਦੇ ਰਿਹਾ ਹੈ ਅਗਰ ਚੈਨਲ ਬਣਾਇਆ ਨਾ ਮੈਂ ਵੀ ਇਹ ਕਹਿਣਾ ਚਾਹੁੰਦਾ ਅਗਰ ਮੈਂ ਕਿਤੇ ਇਨਵੈਸਟਮੈਂਟ ਕਰ ਰਿਹਾ ਆਪਣਾ ਮੈਂ ਕੈਮਰਾ ਦੇ ਰਿਹਾ ਲੱਖਰ ਰੁਪਏ ਦਾ ਲਾਈਟ ਐਕਸਪੀਰੀਅੰਸ ਸਾਰਾ ਸਪੋਰਟ ਕਰ ਰਿਹਾ ਅਗਰ ਇੱਕ ਬੰਦਾ ਸਿਰਫ ਕੈਮਰੇ ਸਾਹਮਣੇ ਆ ਕੇ ਬੋਲ ਰਿਹਾ ਹੈ ਔਰ ਉਸ ਤੋਂ ਬਾਅਦ ਉਹ ਕਹੇ ਜੀ ਚੈਨਲ ਮੇਰਾ ਔਨ ਕਰ ਦੇ ਐਦੇ ਗਲਤ ਗੱਲ ਹੈ ਜੈਨੂਨਲੀ ਨਹੀਂ ਗੱਲ ਹੋਈ ਹੈ ਇੱਕ ਬੰਦਾ ਖਰਚਾ ਕਰ ਕੇ ਜੇ ਉਹਨਾਂ ਬਣੀਆਂ ਤਨਖਾਹਾਂ ਕੱਢ ਰਿਹਾ ਹੈ ਤੇਰੇ ਇਹ ਮਕਸਦ ਨਹੀਂ ਹੋ ਤੇਰੇ ਪੈਸੇ ਖਾ ਰਿਹਾ ਹੈ ਉਹ ਜੋ ਬਚ ਰਿਹਾ ਉਹ ਤੈ ਉਸ ਤੋਂ ਬਾਅਦ ਇਹਨੇ ਡਿਮਾਂਡ ਕੀਤੀ ਜਦੋਂ ਸਾਰੀ ਕਮਾਈ ਦੇਉਗੇ ਸਾਰੀ ਕਮਾਈ ਮੈਨੂੰ ਦੇ ਅੱਛਾ ਭਾਈ ਨੇ ਫੋਰੀ 2-ਸਟੈਪ ਵੈਰੀਫਿਕੇਸ਼ਨ ਇਹਦੀ ਲਾਤੀ ਇਹਨੂੰ ਐਡਸਨ ਇਹਦਾ ਦੇ ਦਿੱਤਾ ਬੈਂਕ ਅਕਾਊਂਟ ਇਹਦਾ ਲੱਗ ਗਿਆ ਹੋਰ ਅੱਛਾ ਜਾਨੀ ਬਾਈ ਦੇ ਉੱਤੇ ਇਲਜ਼ਾਮ ਲਾਏ ਗਏ ਕਿ ਸ਼ਾਦੀਆਂ ਬੇਤਹਾਸ਼ਾ ਸ਼ਾਦੀਆਂ ਕੀਤੀਆਂ ਯਾਰ ਸਜਾ ਜਾਨੀ ਪੰਜ ਸ਼ਾਦੀਆਂ ਤੱਕ ਤੇ ਆਵਾਜ਼ ਆਈ ਔਰ ਇਹਨੇ ਕਿਹਾ ਕਿ ਪੰਜ ਸ਼ਾਦੀਆਂ ਤੇ ਮੈਨੂੰ ਕਨਫਰਮ ਹੈ ਉਹਦੇ ਸਬੂਤ ਲੇਕਿਨ ਜਿਹੜੇ ਬਾਕੀ ਆ ਹੋਰ ਕਿੰਨੇ ਸਕੈਂਡਲ ਚੱਲ ਰਹੇ ਹੋਰ ਕਿੰਨੇ ਅਫੇਅਰ ਚੱਲ ਰਹੇ ਹੋਰ ਕਿੰਨੀ ਸ਼ਾਦੀਆਂ ਕੀਤੀਆਂ ਉਹਨਾਂ ਦਾ ਮੈਨੂੰ ਨਹੀਂ ਪਤਾ ਜਿੰਨਾ ਪੰਜ ਦਾ ਪਤਾ ਮੈਂ ਉਹਨਾਂ ਬਾਰੇ ਚ ਬੋਲ ਰਹੀ ਇਹ ਚ ਕਿੰਨੀ ਕੀ ਦੱਸੋ ਯਾਰ ਕੀ ਬੇਵਕੂਫੀ ਇਹਦੇ ਜਿਸ ਜਿੰਨੀ ਕੀ ਹਕੀਕਤ ਇਹਦੀ ਉਹ ਐਫ ਆਈ ਆਰ ਜੀ ਜਾਂ ਪਿਛਲੀਆਂ ਗੱਲਾਂ ਜੇ ਨਾ ਇੰਨੀ ਕੀ ਯਾਰ ਸ਼ੁਣਨੇ ਸੈਕੰਡਰੀ ਦਾ ਥਰਡ ਆ ਗਈ ਪਹਿਲੀ ਤੇ ਜੀ ਜੀ ਉਹਨਾਂ ਦੇ ਰਿਸ਼ਤੇ ਦਾ ਰਿਸ਼ਤੇਦਾਰ ਹੀ ਉਹ ਆ ਪਿਆ ਮੀ ਜੀ ਭਾਬੀ ਠੀਕ ਹਾਂਜੀ ਉਸ ਤੋਂ ਬਾਅਦ ਰਿਦਾ ਦੇ ਨਾਲ ਸ਼ਾਦੀ ਹੋਈ ਫਿਰ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਅਬੀਰਾ ਅਬੀਰਾ ਫਿਰ ਚੌਥੇ ਨੰਬਰ ਤੇ ਮੈਨੂੰ ਨਹੀਂ ਪਤਾ ਚੌਥੇ ਨੰਬਰ ਦਾ ਨਹੀਂ ਪਤਾ ਅਬੀਰਾ ਨੂੰ ਹੀ ਪਤਾ ਵਾ ਜਿਹੜਾ ਗੈਂ ਦੇ ਕਈ ਜਾਣਦੇ ਮੈਂ ਕੋ ਆ ਉਹਨੇ ਲਿਆ ਨਾਮ ਕੀ ਲੜਕੀ ਨੇ ਮੈਨੂੰ ਮੈਸੇਜ ਕੀ ਹੈ ਇੰਸਟਾਗ੍ਰam ਪਰ ਹਾਂ ਤਕਰੀਜਾ ਵੇ ਮੈਨੂੰ ਵੀ ਕਿਸੇ ਅਲੀ ਨਾਮ ਦੇ ਮੁੰਡੇ ਨੇ ਮੈਸੇਜ ਕੀਤੇ ਆ ਕਿ ਮੈਂ ਅਬੀਰਾ ਦੇ ਨਾਲ ਮੇਰਾ ਚੱਕਰ ਚੱਲਦਾ ਅਲੀ ਕੋਣ ਹੈ ਅੱਛਾ ਯਾਰ ਮੈਂ ਗੈਰਤਮਨ ਨਾ ਮੈਨੂੰ ਤੁਹਾਨੂੰ ਵੀ ਪਤਾ ਤੂੰ ਮੇਰੀ ਵੀਡੀਓ ਦੇਖੀ ਹੋਣੀ ਤੁਸੀਂ ਕਿ ਮੈਨੂੰ ਦੀਦੀ ਕਹਿਣਾ ਹੁੰਦਾ ਸੀ ਹੂੰ ਆਪੀ ਬਾਜੀ ਭੈਣ ਸਮਝਦਾ ਹੁੰਦਾ ਸੀ ਹੂੰ ਜਦੋਂ ਮੇਰੇ ਸਾਹਮਣੇ ਆ ਠੀਕ ਹੈ ਮੈਂ ਸਮਝ ਗਿਆ ਜਦੋਂ ਮੇਰੇ ਸਾਹਮਣੇ ਆ ਚੀਜ਼ਾਂ ਆਈਆਂ ਮੈਂ ਛੱਡਾਂ ਅਲੀ ਕੌਣ ਅਲੀ ਪਹਿਲੇ ਤੇ ਸਭ ਤੋਂ ਪਹਿਲੇ ਸੀ ਜਦੋਂ ਮੈਂ ਇਹਦੇ ਘਰ ਗਿਆ ਮੈਨੂੰ ਕਜ਼ਨ ਦੱਸਿਆ ਗਿਆ ਤੇ ਤੇਤੇ ਮੈਨੂੰ ਪਤਾ ਤੂੰ ਅੰਦਰ ਹਾਰਟ ਹੋਇਆ ਹੁਣੀ ਵੀਡੀਓ ਅਪਲੋਡ ਕੀਤੀ ਲੱਗਿਆ ਤੂੰ ਪੈਸੇ ਲੈ ਕੇ ਆ ਲੜ ਕੋ ਯਾਰ 7000 ਰੁਪਏ ਲੈ ਕੇ ਤੂੰ ਇੰਟਰਵਿਊ ਕੀਤਾ ਫਿਰ 1 ਲੱਖ ਰੁਪਏ ਲੈ ਕੇ ਇੰਟਰਵਿਊ ਕੀਤਾ ਵਾ ਹੁਣ ਮੈਂ ਤਾਂ ਅੰਦਾਜ਼ਨਾ ਕਿ ਮੈਨੂੰ ਉਸਤਾਦ ਦੀ ਨਹੀਂ ਕੋਈ ਟੈਨਸ਼ਨ ਹੈ ਉਸਤਾਦ ਜਾਣੇ ਇਹ ਜਾਣੇ ਇਹਦਾ ਮਸਲਾ ਉਸਤਾਦ ਲਈ ਮੈਂ ਸਿਰਫ ਇਸ ਤੋਂ ਨਿਕਲੇ ਇਹਨੇ ਪਰਚੇ ਨੂੰ ਅੱਗੇ ਲਿਆਂਦਾ ਉਹ ਪਰਚਾ ਦੋ ਨੰਬਰ ਦੀ ਗੱਲ ਕਰਦੇ ਐ ਅਸੀਂ ਦੁਬਾਰਾ ਉਹ ਕਰ ਲੈਨੇ ਆ ਪਰਚੇ ਦੀ ਆਪਾਂ ਗੱਲ ਠੀਕ ਹੈ ਮੈਂ ਛੱਡ ਕੇ ਇਸ ਵੇਲੇ ਆ ਤੋ ਆਇਆ ਮੈਂ ਇਹਨੂੰ ਪਹਿਣ ਕੇ ਨਾ ਸੀ ਫਿਰ ਜਦੋਂ ਮੈਂ ਹੌਲੀ ਹੌਲੀ ਤੇ ਘਰ ਰਿਹਾ ਨਾ ਤੇ ਮੈਨੂੰ ਪਤਾ ਲੱਗਾ ਉਹ ਤੇ ਹੈ ਹੀ ਮੁਗਲ ਨੇ ਮੇਰੇ خیال ਨਾਲ ਮਿਰਜ਼ੇ ਇਹ ਰਾਜਪੂਤ ਅੱਛਾ ਤੇ ਮੈਂ ਗੱਲ ਨਹੀਂ ਕੀਤੀ ਕਿਉਂਕਿ ਮੇਰੇ ਕੋ ਕੋਈ ਸਬੂਤ ਨਹੀਂ ਸੀ ਐ ਮੈਂ ਕਿਉਂ ਇਹਦੇ ਕੈਰੇਕਟਰ ਤੇ ਉਂਗਲੀ ਚੁੱਕਾਂ ਇਹਦੇ ਘਰ ਰਹਿ ਕੇ ਚਲੋ ਪਰਸਨਲ ਨਾ ਹੋਵੋ ਪਰਸਨਲ ਤੇ ਮੈਂ ਨਾ ਹੋਈ ਆ ਉਮਰ ਭਾਈ ਮੈਂ ਮਤਲਬ ਕਿ ਕਿੰਨੇ ਕੇ ਪੈਸੇ ਲੈ ਕੇ ਤੁਹਾਡੇ ਕੋ ਇੱਥੇ ਬੈਠਾ 60000 ਰੁਪਏ ਮਤਲਬ ਕਿ ਮੈਨੂੰ ਜ਼ਮੀਰ ਫਰੋਸ਼ ਕਹਿਣ ਲਈ ਇਹ ਵੀਡੀਓ ਚ ਜ਼ਮੀਰ ਫਰਵਰ ਹੋਰ ਤੂੰ ਆ ਬਸ ਤੋ ਕੇ ਠੀਕ ਹੈ ਠੀਕ ਹੈ ਠੀਕ ਹੈ ਯਾਰ ਇਜ਼ੀ ਇਮੋਸ਼ਨਲ ਮੈਂ ਅਸੀਂ ਪਰਸਨਲ ਜ਼ਾਤੀਆ ਤੇ ਨਹੀਂ ਆਣਾ ਚਾ ਰਹੇ ਯਾਰ ਉਹ ਥੋੜਾ ਜਿਹਾ ਹੀ ਤੇ ਮੈਂ ਤੇ ਆਪਣਾ ਡਿਫਾਈ ਗਾ ਅਸੀਂ ਅਸੇ ਜਿਹੜੇ ਇਫੈਕਟਸ ਜਿਹੜੇ ਹੋਏ ਨਾ ਉਹਨਾਂ ਬਾਰੇ ਗੱਲ ਕਰ ਗੋਲ ਠੀਕ ਹੈ ਅੱਛਾ ਇੱਕ ਹੋਰ ਗੱਲ ਜੀ ਕਿ ਸਭ ਤੋਂ ਵੱਡੀ ਗੱਲ ਹੈ ਕੀਤੀ ਗਈ ਦੇਖੋ ਚਲੋ ਇਸਲਾਮ ਦੇ ਵਿੱਚ ਚਾਰ ਸ਼ਾਦੀ ਇਜਾਜ਼ਤ ਹੈ ਕਰ ਸਕਦੇ ਜੀ ਬੇਸ਼ੱਕ ਪਾਕਿਸਤਾਨ ਦਾ ਕਾਨੂੰਨ ਵੀ ਇਹਨੂੰ ਮਨਾ ਨਹੀਂ ਕਰਦਾ ਠੀਕ ਹੈ ਅਗਰ ਕਿਸੇ ਬੰਦੇ ਨੇ ਚਾਰ ਸ਼ਾਦੀਆਂ ਕੀਤੀਆਂ ਨੇ ਠੀਕ ਹੈ ਉਹਨੂੰ ਕੋਈ ਮਤਲਬ ਨਹੀਂ ਕਰ ਸਕਦਾ ਪਾਕਿਸਤਾਨ ਦੇ ਵਜਟ ਲਿਸਟ ਉਰ ਨਾਇ ਗੁਨਾਹ ਨਾਇ ਐ ਕੁਇਕ ਜੁਰਮੇ ਜੁਰਮੇ ਹਾਂ ਲੇਕਿਨ ਹਕੂਕ ਅਦਾ ਕਰਨ ਦਾ ਇਸਲਾਮ ਨੇ ਕਿਹਾ ਹੈ ਹਾਂਜੀ ਠੀਕ ਹੈ ਇਹ اخਲਾਕੇ ਨੂੰ ਵੀ ਬੰਦ ਹੈ ਮੋਰਲੀ ਵੀ ਕਿ ਅਗਰ ਤੁਸੀਂ ਸ਼ਾਦੀਆਂ ਕੀਤੀਆਂ ਵਾ ਇਸਲਾਮ ਜੀ ਬਈ ਕਹੇ ਗਏ ਕਿ ਹਕਕ ਅਦਾ ਕਰ ਸਕਦੇ ਹੋ ਅਗਰ ਉਹਨਾਂ ਦਰਮਿਆਨ ਤੁਸੀਂ ਬੈਲੈਂਸ ਕਰ ਸਕਦੇ ਹੋ ਕੀ ਕਹਿੰਦੇ ਇਨਸਾਫ ਕਰ ਸਕਦੇ ਹੋ ਫਿਰ ਕਰੋ ਬੇਸ਼ੱਕ ਉਹ ਕਹਿੰਦੇ ਇਸ ਵਨ ਖਿਆਰਾ ਖਸਾ ਹਾਂ ਬਿਲਕੁਲ ਔਰ ਦੂਸਰਾ ਹੈ ਕਿ ਇਲਜ਼ਾਮ ਲਗਾਇਆ ਗਿਆ ਕਿ ਹਕੂ ਕੁਗਾ ਦਾਦੀ ਕਿਤੇ ਗਏ ਔਰ ਇਹ ਇਹ ਗੱਲ ਰਿਦਾਬਾ ਜੀ ਨੇ ਵੀ ਕੀਤੀ ਹੈ ਤੇ ਅਬੀਰਾ ਬਾਜੀ ਨੇ ਵੀ ਕੀਤੀ ਹੈ ਰਿਦਾ ਮੇਰੀ ਜਿਹੜੀ ਭੈਣ ਹੈ ਨਾ ਹਮ ਮਸੂਮ ਵੀ ਹੈ ਅੱਛਾ ਤੇ ਥੋੜੀ ਕੇ ਤੁਹਾਨੂੰ ਪਤਾ ਅੱਛਾ ਉਹ ਵੀ ਹੈ ਅਬੀਰਾ ਜ਼ਰਾ ਤੇਜ਼ ਹੈ ਅੱਛਾ ਕਿਉਂਕਿ ਇਹਨਾਂ ਦਾ ਤੇ ਪਹਿਲੇ ਇੰਡੀਆ ਪਾਕਿਸਤਾਨ ਵਾਲਾ ਹਿਸਾਬ ਸੀ ਨਾ ਇਹ ਰਵਾਇਤੀ ਹਰੀਫ ਸੀਗੇ ਅਬੀਰਾ ਦੀ ਸ਼ਾਦੀ ਤੋਂ ਬਾਅਦ ਮੈਨੂੰ ਨਹੀਂ ਹੁਣ ਪਤਾ ਕਿ ਕੌਣ ਬੰਦਾ ਮੈਨੂੰ ਇਹ ਵੀ ਸੱਚ ਪਤਾ ਹੈ ਕਿ ਕੌਣ ਲੈ ਕੇ ਗਿਆ ਰਿਦਨ ਅਬੀਰਾ ਤੱਕ ਅੱਛਾ ਉਹੀ ਐਡੀਟਰ ਐਨ ਐਲ ਆਵੇਸ 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 ਨੇ ਦੋਵਾਂ ਨੂੰ ਕਨੈਕਟ ਕਰਾਇਆ ਹਾਂਜੀ ਆਵੇਸ ਨੇ ਇਹਨਾਂ ਨੂੰ ਕਨੈਕਟ ਕਰਾਇਆ ਕਿਉਂਕਿ ਮੈਨੂੰ ਪਤਾ ਹੈ ਨਾ ਕਿ ਰਿਦਾ ਦਾ ਰابطਾ ਆਵੇਸ ਦੇ ਘਰ ਵਾਲਿਆਂ ਨਾਲ ਵੀ ਮਤਲਬ ਕਿ ਆਵੇਸ ਦੇ ਜਿਹੜੇ मामੂ ਨੇ ਨਾ ਤੇ ਆਵੇਸ ਇਹਨਾਂ ਦੀ ਰਿਦਾ ਨਾਲ ਵਾਵਾ ਅੱਛੀ ਬੌਂਡਿੰਗ ਸੀ ਅੱਛਾ ਦੋਵਾਂ ਔਰਤਾਂ ਦੀਆਂ ਜਿਹੜੀਆਂ ਮੇਰੀਆਂ ਇੱਕੋ ਹੀ ਭੈਣ ਹੈ ਰਿਦਾ ਨੂੰ ਮੈਂ ਫਿਲਹਾਲ ਇਸ ਤੋਂ ਭੈਣ ਕਹਿ ਰਿਹਾ ਹਾਂ ਕਿ ਸ਼ਾਇਦ ਇਹਨੂੰ ਅਕਲ ਆਈਵੇ ਅੱਛਾ ਕਿਉਂਕਿ ਇਹਦੇ ਨਾਲ ਇਹ ਕੁਝ ਵੀ ਨਹੀਂ ਐਸਾ ਹੋਇਆ ਕੋ ਪੂਰੇ ਨਹੀਂ ਕੀਤੇ ਤੁਸੀਂ ਅਗੋ ਅਬੀਰਾ ਦੇ ਵੀ ਵੀਡੀਓ ਦੇਖ ਲਓ ਲਾਸਟ ਹਮ ਜਿਹਦੇ ਚ ਮੈਨੂੰ ਇੰਨੇ ਕੁਝ ਕਿਹਾ ਹੈ ਅੱਛਾ ਰੀਦਾ ਬਾਜੀ ਦੀ ਵੀ ਦੇਖ ਲਓ ਵੀਡੀਓ ਹਮ ਇਹਨਾਂ ਦੋਵਾਂ ਦੇ ਕੋਲ ਜਿਹੜੇ ਘਰ 'ਚ ਹੀ ਬੈਠ ਕੇ ਵੀਡੀਓ ਬਣਾ ਰਹੀਆਂ ਨੇ ਨਾ ਹਮ ਉਹ ਮੇਰੇ ਖਿਆਲ ਨਾਲ ਸਜਾ ਜਾਨੀ ਨੇ ਲੈ ਕੇ ਦਿੱਤੇ ਹੋਏ ਨੇ ਇਹਨਾਂ ਨੂੰ ਭਾਵੇਂ ਰੈਂਟੇਡ ਹੈ ਅੱਛਾ ਉਹ ਜਿਹਨਾਂ 'ਚ ਵਸਾਇਆ ਸਜਾ ਜਾਨੀ ਨੇ ਨੇ ਇਹਨਾਂ ਸਜਾ ਜਾਨੀ ਨੇ ਦੇਣਾ ਹੈ ਭਾਈ ਜਾਨ ਹੋਰ ਕਿਹਨੇ ਦੇਣਾ ਹੈ ਉਹ ਅਬੀਰਾ ਵਾਲੇ ਦਾ ਸ਼ਾਇਦ ਹੋਣ ਅਲੀ ਦੇ ਰਿਹਾ ਹੋਵੇ ਅੱਛਾ ਬਗਾਇ ਇਕ ਸਿਰਫ ਰੈਂਟ ਨਹੀਂ ਹੁੰਦਾ ਘਰ ਦੇ ਜ਼ਰੂਰੀਅਤ ਵੀ ਹੁੰਦੀਆਂ ਨੇ ਵਿਚਿਆਂ ਦਾ ਖਾਣਾ ਪੀਣਾ ਉਹ ਵੀ ਮੇਰੇ ਕੋਲ ਸਭ ਕੁਝ ਹੈ ਵਾ ਬਈ ਜਾਨ ਕੱਲੀ ਕੱਲੀ ਟਰਾਂਜੈਕਸ਼ਨ ਪਈ ਹੈ ਇਹਨਾਂ ਦੇ ਘਰਾਂ ਨੂੰ ਜੋ ਜੋ ਖਰਚਾ ਦਿੱਤਾ ਹੈ ਨਾ ਭਾਈ ਨੇ ਅੱਛਾ ਉਹ ਵੀ ਮੈਨੂੰ ਮੇਰੇ ਕੋਲ ਪਈਆਂ ਨੇ ਇੱਕ ਹੋਰ ਗੱਲ ਹੈ ਚਲੋ ਮੰਨ ਲਈ ਦੌਰ ਤੇ ਅਗਰ ਮਾਉਨਤ ਕਰ ਵੀ ਦਿੱਤੀ ਕਿਉਂਕਿ ਫਰਜ਼ ਬੰਦਾ ਹੈ ਜਿਹੜਾ ਘਰ ਦਾ ਗਾਰਡੀਅਨ ਹੈਗਾ ਉਹਦਾ ਟਾਡੀ ਬੀਗਮ ਟਾਈਮ ਦੇ ਹਵਾਲੇ ਨਾਲ ਤਾਂ ਤੋਂ ਖੁਸ਼ ਹੈ ਆਪਣੀ ਵਿੱਚ ਕਲਾ ਆ ਰਹੀ ਸੀ ਜੋ ਇੰਟਰਵਿਊ ਵਿੱਚ ਦੋ ਤਿੰਨ ਮਤਲਬ ਕਿ ਉਹਨੂੰ ਮਤਲਬ ਇਹ ਵੇਖ ਰਹੇ ਆ ਕਿ ਯਾਰ ਮੈਨੂੰ عمر ਸਹੀ ਟਾਈਮ ਨਹੀਂ ਦੇ ਰਿਹਾ ਉਨ ਨੂੰ ਇਹ ਲੱਗ ਰਿਹਾ ਹੈ ਨਾ ਕਿ ਜੇ ਤੁਸੀਂ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਤੁਹਾਡੇ ਕੋ ਆਪ ਉਹ ਵੀ ਨਹੀਂ ਦੇ ਸਕਦੇ ਫੀਲਡ ਦੇ ਵਿੱਚ ਕੋਈ ਟਾਈਮ ਨਹੀਂ ਹੈ ਕੋਈ 9 to 5 ਜੌਬ ਨਹੀਂ ਹੈ ਕਦੇ ਕਿਤੇ ਰਾਤ ਨੂੰ 12 ਵਜੇ ਤੱਕ ਬੈਠੇ ਆਂ ਕਦੀ ਛੁੱਟੀ ਵੀ ਚਲੋ ਹੋ ਗਈ ਲੇਕਿਨ ਕੋਈ ਟਾਈਮ ਨਹੀਂ ਹੈ ਕੋਈ ਟਾਈਮ ਟੇਬਲ ਮੈਂ ਸੋਵੇ 10 ਵੇ ਦਾ ਟੁਰਿਆ ਵਾਂ ਉਹ ਟਾਈਮ ਦੇਖ ਲਓ ਮੈਂ ਆਪਣੇ ਘਰ ਨਹੀਂ ਗਿਆ ਮੈਂ ਤੁਹਾਡੇ ਕੋ ਆਇਆ ਜਿਹੜੀ ਟਾਈਮ ਦੀ ਗੱਲ ਲੈਣਾ ਜਿੱਦਾਂ ਹੀ ਟਾਈਮ ਫ੍ਰੀ ਹੁੰਦਾ ਸੀ ਨਾ ਬੱਚਿਆਂ ਨੂੰ ਪਿਆਰ ਚਾਹੀਦਾ ਹੈ ਬੱਚਿਆਂ ਨੂੰ ਵੀ ਪਿਆਰ ਮਿਲਦਾ ਰਿਹਾ ਮੈਨੂੰ ਇਹ ਵੀ ਪਤਾ ਹੈ ਕਿ ਅਬੀਰਾ ਦੇ ਕੋਲ ਜਿਹੜਾ ਪੁੱਤਰ ਹੈ ਤੇ ਇੱਕ ਜਿਹੜੀ ਇਹਦੀ ਬੇਟੀ ਹੈ ਕਿਸੇ ਹੋਰ ਭਾਈ ਚੋਂ ਉਹ ਤੇ ਉਹ ਬਾਰੇ ਗੱਲ ਨਹੀਂ ਕਰਦਾ ਕਿਉਂਕਿ ਉਹ ਉਹ ਸਾਡੀ ਭਤੀਜੀ ਹੈ ਯਾਰ ਭਾਂਜੀ ਹੈ ਸਾਡੀ ਉਹ ਸਾਡੀ ਧੀ ਹੈ ਉਹ ਹਈ ਵੀ ਉਹ ਮੈਨੂੰ ਲੱਗਦਾ ਹੈ ਕਿ ਮੇਰੀ ਜਗ੍ਹਾ ਤੇ ਤੁਸੀਂ ਉਹਨੂੰ ਬਾਕੇ ਕੁਝ ਪੁੱਛੋਗੇ ਤੇ ਉਹ ਸੱਜਾ ਜਾਣੇ ਨੂੰ ਬਾਬਾ ਹੀ ਕਹੇਗੀ ਇਲਜ਼ਾਮ ਵੀ ਲਗਾਇਆ ਬੀਰਾ ਨੇ ਕਿ ਨਾ ਮੇਰੇ ਬੱਚਿਆਂ ਨੂੰ ਅਪਣਾ ਰਹੇ ਨਾ ਆਪਣੇ ਕਿਸੇ ਵੀ ਬੱਚੇ ਨੂੰ ਅਪਣਾ ਰਹੇ ਕਦੀ ਪਿਓ ਦੀ ਸ਼ਫਕਤ ਦਾ ਸਾਇਆ ਕਦੀ ਉਹਨਾਂ ਤੇ ਨਹੀਂ ਪਿਆ ਇਦਾਂ ਹੈ ਜੀ ਨਹੀਂ ਆਪਣਾਰੇ ਕਪੜੇ ਲੈ ਕੇ ਦੇਈ ਜਾ ਰਹੇ ਨੇ ਇਦਾਂ ਭੇਜੀ ਜਾ ਰਹੇ ਨੇ ਬੱਚਿਆਂ ਨੂੰ ਬੱਚਿਆਂ ਨਾਲ ਆਗੇ ਬਾਹਰ ਫੇਰ ਰਹੇ ਨੇ ਗੱਟੀਆਂ ਚ ਝੂਟੇ ਦੇ ਰਹੇ ਨੇ ਬੱਚਿਆਂ ਨੂੰ ਤੇ ਇਹ ਅਪਣਾ ਨਹੀਂ ਰਹੇ ਆਪਣਾ ਕੀ ਰਹਿਣ ਹੁਣ ਬੱਚੇ ਦਾ ਤਵੀਜ਼ ਬਣਾ ਕੇ ਗਲੇ ਚ ਪਾ ਲੈਣ ਬੱਚੇ ਨੂੰ ਦੱਸੋ ਨਾਮ ਇਹ ਨੂੰ ਅੱਛਾ ਚਲੋ ਮੇਨ ਮੁੱਦੇ ਤੇ ਆਦੇ ਜਿਹੜਾ ਇਸ ਟਾਈਮ ਇਸ਼ੂ ਹੋਇਆ ਪਰਚੇ ਵਾਲਾ ਜਿਹੜਾ ਐਫ ਆਈ ਆਰ ਦਿੱਤੀ ਗਈ ਸਜਾਦ ਜਾਨੀ ਤੇ ਜੀ ਕਿ ਐ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਐ ਐਫ ਆਈ ਆਰ ਠੀਕ ਹੈ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ FIR ਦੇ ਵਿੱਚ ਬੜੇ سنگੀਨ ਇਲਜ਼ਾਮਤ ਲਗਾਏ ਗਏ ਨੇ ਜਿਦੇ ਵਿੱਚ ਐ ਕਿ ਕੰਦ ਟੱਪ ਕੇ ਅੰਦਰ ਆ ਕੇ ਅਬੀਰਾ ਨਜ਼ਯਾਤੀ ਵੀ ਕੀਤੀ ਹੈ ਘਰਾਂ ਦੇ ਸਾਹਮਣੇ ਠੀਕ ਹੈ ਪਰਸ ਜੋ ਪੈਸੇ ਵੀ ਕੱਢੇ ਨੇ ਓਹੋ ਜੁਮਕੇ ਵੀ ਇਸ ਤਰ੍ਹਾਂ ਹੀ ਲਗਾਏ ਨੇ ਜੀ ਭਾਉਣ ਲਏ ਉਹਨਾਂ ਨੇ ਜਾਣਾ ਸੀ ਕਿਤੇ ਝੁੰਮਕੇ ਲੈਣ ਜਾਣਾ ਸੀ ਤੇ ਐ ਸਾਰਾ ਨਿظام ਟੀਨੀ ਸਚਾਈ ਹੈ ਇਸ ਪਰਚੇ FIR ਦੇ ਵਿੱਚ ਸਿਰਫ ਨਾਮ ਹੀ ਸੱਚੇ ਨੇ ਮਤਲਬ ਕੀ ਗੋ ਨਾਮ ਸਜਾ ਜਾਨੀ ਦਾ ਸਜਾ ਜਾਨੀ ਲਿਖਿਆ ਗਿਆ ਹੈ ਅੱਛਾ ਸਪੈਲਿੰਗ ਠੀਕ ਹੈ ਤੁਸੀਂ ਸਜਾ ਜਾਨੀ ਨੂੰ ਨਹੀਂ ਜਾਣਦੇ ਉਮਰ ਭਾਈ ਹਮ ਹਾਂ ਵੇਖਣ ਵਾਲੇ ਨਹੀਂ ਜਾਣਦੇ ਬਿਲਕੁਲ ਤੁਹਾਨੂੰ ਲੱਗਦਾ ਹੈ ਕਿ ਇੱਕ ਸਜਾ ਜਾਨੀ ਕਿਸੇ ਦੇ ਘਰ ਗਿਆ ਹੈ ਕੰਦ ਟੱਪੀ ਏ ਉਹਦੇ ਪਰਸ ਚੋਂ 90000 ਕੱਢ ਲਿਆ ਹੈ ਉਹਦੇ ਸਿਰ ਤੇ ਪਸਤੌਰ ਰੱਖਤਾ ਹੈ ਫਿਰ ਉਹਦੇ ਚੁੰਮਕੇ ਲਾਗੇ ਨੇ ਇੱਕ ਤੇ ਇਹ ਗੱਲ ਡੇੜਾ ਜਾਣਦਾ ਹੈ ਨਾ ਸੱਚਾ ਜਾਣੇ ਨੂੰ ਜਿੰਨੇ ਸਿਰਫ 2 ਮਹੀਨੇ ਵਿੱਚ ਉਹਨੂੰ ਸੁਣਿਆ ਇਹ ਦੇਖਿਆ ਨਹੀਂ ਮੰਨੇਗਾ ਜਿਹਦਾ ਇਨਾ ਨਾਮ ਹੋਵੇ ਪੂਰੀ ਦੁਨੀਆ ਜਾਣਦੀ ਹੋਵੇ ਇਹੋ ਜੀ ਬੇਫਕੂਫੀ ਤੇ ਕਰੇਗਾ ਹੀ ਨਹੀਂ ਬਿਲਕੁਲ ਨਹੀਂ ਬੰਦਦਾ ਸੈਂਸ ਨਹੀਂ ਬੰਦੀ ਇਸ ਚੀਜ਼ ਲੋਜਿਕ ਹੀ ਨਹੀਂ ਹੈ ਦੋਹਾਂ ਨਹੀਂ ਬੰਦੀ ਇਸ ਗੱਲ ਦੀ ਤੇ ਇਹਦਾ ਅੱਛਾ ਪਰਚਾ ਹੋਇਆ ਜੇ ਦੋ ਇਹਦੀ ਕੋਈ ਕਾਰਵਾਈ ਵੀ ਅੱਗੇ ਚੱਲੀ ਕਿ ਨਹੀਂ ਕਾਨੂੰਨੀ ਕਾਰਵਾਈ ਕੀ ਹੋਈ ਓਏ 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 ਬੜੀ ਸਖਤ ਹੋ ਇੱਕ ਨੋਨੀ ਕਾਰਵਾਈ ਹਲਾਂਗੀ ਨੇ ਸਫਾਰਿਸ਼ ਦੀ ਵੀ ਗੱਲ ਕੀਤੀ ਹੈ ਵੀਡੀਓ ਚ ਜੇ ਤੁਸੀਂ ਸ਼ਾਇਦ ਸੁਣੀ ਹੋਵੇਗੇ ਸਫਾਰਿਸ਼ ਕਰਾ ਕੇ ਨੱਠ ਗਏ ਯਾ ਯਾ ਵੇਖੇ ਤੁਸੀਂ ਇਹ ਵੀਡੀਓ ਚ ਗੱਲ ਉਹਦੀ ਸਿਫਾਰਿਸ਼ ਕਰਾ ਹਾਂ ਇਹ ਸੁਣਿਆ ਵਾ ਕਿ ਮੋਸਨ ਅਕਵੀਰਾ ਨਾਮ ਲੈ ਆਏ ਹਾਂ ਬੋਸ ਨੇ ਨਾ ਬੋਸ ਨੇ ਹਾਂ ਉਹ ਚੈਨਲ ਦੇ ਨੇ ਬੋਸ ਨੇ ਹਾਂ ਉਹਨਾਂ ਨੇ ਉਹਨਾਂ ਦਾ ਨਾਮ ਲੈ ਆ ਕਿ ਉਹਦੀ ਸਿਫਾਰਿਸ਼ ਤੋਂ ਐ ਬਚ ਕੇ ਨਿਕਲ ਗਏ ਨੇ ਤੇ ਮੇਰੀ ਸਿਫਾਰਿਸ਼ ਕੋਈ ਨਹੀਂ ਸੀ ਐ ਮੈਨੂੰ ਪੁਲਿਸ ਵਾਲੇ ਮੀਨਾ ਕੋਈ ਨਾਮ ਲੈ ਰਹੀ ਸੀਗੀ ਮੀਨਾ ਤਫਤੀਸ਼ੀ ਅਫਸਰ ਸੀਗੀ ਸਾਡੀ ਕਾਬਲੇ ਇੱਜ਼ਤ ਨੇ ਕਾਬਲੇ ਇਤਰਾਮ ਨੇ ਸਾਡੇ ਹੋ ਲੇਡੀਜ਼ ਨੇ ਤੇ ਉਹ ਉਹਨਾਂ ਦੀ ਵੀ ਮੈਂ ਤੁਹਾਨੂੰ ਬਾਅਦ ਜੋ ਗੱਲ ਦੱਸੂਗਾ ਪਹਿਲੇ ਇਹ ਮੈਂ ਦੱਸ ਦਾਂ ਕਿ ਟਾਡੇ ਬੋਸ ਵਜ਼ੀਰ ਅਲਾ ਪੰਜਾਬ ਹੋਵੇ ਹੂੰ ਤੁਹਾਡੇ ਤੇ ਜ਼ਿਆਤੀ ਦਾ ਕੇਸ ਹੋਵੇ ਹੂੰ ਕੁਝ ਵੀ ਨਹੀਂ ਹੈ ਕੋਈ ਕੇਸ ਵੀ ਨਹੀਂ ਹੈ ਯਾਰ ਤੁਹਾਡੇ ਤੇ ਜੇ ਤੁਹਾਡੇ ਵਜ਼ੀਰ ਅਲਾ ਪੰਜਾਬ ਬੋਸ ਨੇ ਸਿਫਾਰਿਸ਼ ਕਰਨੀ ਹੈ ਨਾ ਤੁਹਾਨੂੰ ਘਰੋਂ ਵੀ ਨਿਕਲਣਾ ਪਏਗਾ ਕੇਸ ਖਤਮ ਕਰਨ ਲਈ ਤੁਸੀਂ ਦੱਸੋ ਪਾਕਿਸਤਾਨ ਦੇ ਵਿੱਚ ਹੂੰ ਅਸੀਂ ਸਵੇਰ ਨੂੰ 6 ਵਜੇ ਫੈਸਲਾਬਾਦੋਂ ਗੱਡੀ 'ਚ ਬੈ ਕੇ ਜਾ ਕੇ ਤਫ਼ਤੀਸ਼ਾਂ ਭੁਗਤਦੇ ਸੀ ਅੱਛਾ 4 ਵਜੇ ਆ ਕੇ ਵਾਪਸੀ ਉਸਤਾਦ ਜੀ ਟੀ ਟਾਈਮ ਕਰਦੇ ਸੀ ਅੱਛਾ ਤੇ ਫੇ ਸੌਂ ਗਏ ਫੇ ਸਵੇਰ ਦੀ ਤਿਆਰੀ ਕਰਕੇ ਅਸੀਂ ਉੱਥੇ ਜਾਣੇ ਸੀ 15 ਦਿਨ ਅਸੀਂ ਮੁਸਲਸਲ ਲਾਹੌਰ ਦੇ ਚੱਕਰ ਗੱਡੇ ਨੇ ਓਏ ਹੋਏ ਹੋਏ ਉਸ ਤੋਂ ਬਾਅਦ ਸਾਨੂੰ ਕੱਲਾ ਕੱਲਾ ਸਬੂਤ ਦੇਣਾ ਪਿਆ ਜਿਹੜਾ ਜਿਹੜਾ ਇਹਨੇ ਇਲਜ਼ਾਮ ਦਿੱਤਾ ਹੁਣ ਮੈਂ ਤੁਹਾਨੂੰ ਇਹਦੇ ਪਰਚੇ ਦੀ ਫੇਕਨੈਸ ਇੱਥੋਂ ਹੀ ਦੱਸਦਾ ਹਮ ਇਹਨੇ ਪਹਿਲੇ ਤਰੀਕ ਲਗਾਈ ਗਈ 4 ਤਰੀਕ ਨੂੰ ਆਏ ਨੇ ਸੱਜਾਦ ਸਲੀਮ ਅੱਛਾ ਹਮ ਤੇ ਉਸਮਾਨ ਸਲੀਮ ਭਾਈ ਤਾਂ ਛੋਟੇ ਠੀਕ ਹੈ ਛੋਟੇ ਤੇ ਉਸਮਾਨ ਸਲੀਮ ਦੇ ਅੱਗੇ ਪਸਤੌਲ ਇਹਨਾਂ ਨੇ ਆ ਕੇ ਸਾਨੂੰ ਜਦੋਂ ਗੋਪੀ ਕੀਤਾ ਪੈਸੇ ਲਏ ਬਈ ਨਾ ਜ਼ਿਆਤੀ ਕੀਤੀ ਤੇ ਮੇਰਾ ਭਰਾ ਆ ਗਿਆ ਤੇ ਉਹਨੇ ਚੜਾਇਆ ਛੁਡੋਇਆ ਠੀਕ ਹੈ ਇਹ 4 ਤਰੀਕ ਦਾ ਵਾਕਿਆ ਇਹ 4 ਤਰੀਕ ਦਾ ਇਹਨੇ ਲਖਾਇਆ ਜਿਹੜੇ ਪਹਿਲੀ ਐਫ ਆਈ ਆਰ ਸੀ ਠੀਕ ਹੈ ਤੇ ਸਫਾਰਸ਼ੀ ਅਸੀਂ ਉਹਨ ਸਫਾਰਸ਼ ਤੇ ਗੌਰ ਕਰੀਓ ਕਿ ਸਫਾਰਸ਼ੀ ਕੌਣ ਸੀ ਮੈਂ ਨਹੀਂ ਦੱਸਾਂ ਅਸੀਂ ਉਸਤਾਦ ਜੀ ਨੇ 4 ਤਰੀਕ ਦੀ ਸੀਸੀਟੀਵੀ ਫੁਟੇਜ ਜਿਹੜੀ ਉਹਨਾਂ ਦੇ ਦਫ਼ਤਰ ਦੇ ਉੱਥੇ ਹਰ ਜਗ੍ਹਾ ਕੈਮਰਾ ਲੱਗਾ ਸੀਸੀਟੀਵੀ ਫੁਟੇਜ ਜਿਹੜੇ ਉੱਥੇ 15 ਬੰਦੇ ਕੈਮਰੇ ਦੇ ਸਾਹਮਣੇ ਆਏ ਨੇ ਸੀਸੀਟੀਵੀ ਫੁਟੇਜ 'ਚ ਆਏ ਨੇ ਉਹਨਾਂ ਦੇ ਹਲਫੀਆ ਬਿਆਨ ਫਿਰ ਆਪਣੇ ਮੋਬਾਈਲ ਲੋਕੇਸ਼ਨ ਜੀਓ ਲੋਕੇਸ਼ਨ ਜੀਓ ਫੈਂਸੀ ਫੈਂਸਿੰਗ ਹੋਈ ਨਹੀਂ ਹਾਂ ਇਲਾਕੇ ਉੱਥੇ ਗਏ ਨੇ ਜਦੋਂ ਤਫਤੀਸ਼ੀ ਨੇ ਦੇਖਿਆ ਹੈ ਕਿ ਇਹ ਤੇ 4 ਤਰੀਕ ਨੂੰ ਫੈਸਲਾਬਾਦ ਸੀਗੇ ਅਬੀਰ ਨੇ ਕਿਹਾ ਜੀ ਨਹੀਂ 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 ਜੀ ਇਹ ਮੇਰੇ ਕੋਲ ਗਲਤ ਲਿਖਾ ਹੋ ਗਈ 7 ਤਰੀਕ ਨੂੰ ਆਏ ਸੀ ਅੱਛਾ ਤੇ ਉਸਮਾਨ ਸਲੇਮ ਵੀ ਨਹੀਂ ਸੀ ਇਕੱਲਾ ਸਜਾ ਜਾਣੀ ਕਾਂਦੇ ਟੱਪ ਕੇ ਮੇ ਸਾਡਾ ਪੰਜਾ ਛੇ ਆ ਜਣਿਆਂ ਦੇ ਨਾਲ ਜ਼ਿਆਤੀ ਕਰ ਗਿਆ ਬੰਦਾ ਵੀ ਘਟਾ ਹੋਇਆ ਫਿਰ 7 ਫਿਰ 7 ਦੀ ਵੀ ਲੈ ਗਏ ਹਾਂਜੀ ਸ਼ੌਕਾ ਜੀ ਮਾ ਬਣਾਤਾ ਨਾ ਮਤਲਬ ਕਿ ਰਾਈ ਸਾਹਿਬ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਐਫ ਆਈ ਆਰ ਘਟ ਸਕ੍ਰਿਪਟ ਜ਼ਿਆਦਾ ਲੱਗ ਰਹੀ ਹੈ ਅੱਛਾ ਤੇ ਜੀ 7 ਤਰੀਕ ਦੀ ਵੀ ਲੈ ਗਏ ਅੱਛਾ ਇਕਨੂੰ ਕਹ ਰਹੇ ਕਿ ਮੈਨੂੰ ਜਾਨੀ ਨੇ ਐਂਜ਼ਾਈਟੀ ਦਾ ਪੇਸ਼ੈਂਟ ਕਰ ਦਿੱਤਾ ਵਾ ਮੈਨੂੰ ਟੈਨਸ਼ਨਾਂ ਦਿੱਤੀਆਂ ਮੈਂ ਤੇ ਸੁਸਾਇਸਾਈਡ ਵੀ ਕੀਤੀ ਉਹ ਜਿਹੜੇ ਰੀਸੈਂਟ ਵੀਡੀਓ ਆਈ ਨਾ ਉਹਦੇ ਉੱਤੇ ਉਹ ਦਿਖਾਇਆ ਕਿ ਕੱਟ ਵੀ ਮੈਂ ਮਾਰੇ ਆ ਸਾਰਾ ਕੁਝ ਕੀਤਾ ਵਾ ਆ ਹੁਣ ਹੀ ਕਹਿੰਦੇ ਆ ਕਿ ਮੈਂ ਉਹਦੀ ਵਜ੍ਹਾ ਤੋਂ ਕੱਟ ਲਿਆ ਹੂੰ ਬਾਕੀ ਜਦੋਂ ਮੈਂ ਇਹਦੇ ਘਰ ਰਹਿਣਾ ਹੁੰਨਾ ਸੀ ਤੇ ਰੋ ਰੋ ਕੇ ਦੱਸਦੇ ਹੁੰਦੀ ਸੀ ਮੇਰੀ والدہ ਨੇ ਮੈਨੂੰ 16 ਸਾਲ ਦੀ ਉਮਰ 'ਚ ਪੈਸੇ ਵਾਲੇ ਬੰਦਾ ਦੇ ਕੇ ਉਹਦੇ ਨਾਲ ਵਿਆਹ ਤਾਂ ਨਵਾਬਾਂ ਵਾਲੇ ਸ਼ੇਖ ਸੀ ਅੱਛਾ ਉਹਦੇ ਨਾਲ ਤੁਹਾਡੀ ਬਰਾਦਰੀ ਦਾ ਹੀ ਸੀ ਸ਼ੇਖ ਤੇ ਉਹ ਮੇਰੇ ਮੇਤੇ ਬੜਾ ਜ਼ੁਲਮ ਕਰਦਾ ਸਿਰ ਉਹ ਦੱਸਦੀ ਹੁੰਦੀ ਹੈ ਮੇਰੇ ਸਿਕਟਾਂ ਲੋਂਦਾ ਸੀ ਜਾਂ ਕੱਟ ਉਹਨੇ ਲਾਏ ਆ ਜਾਂ ਇਹਨੇ ਆਪ ਵੀ ਲਾਏ ਆ ਉਹ ਯਾਰ ਇਹ ਦੋ ਦੋ ਡਬੀਆਂ ਸਿਕਟਾਂ ਦੀਆਂ ਪਿੰਦੀ ਆ ਯਾ ਉਹ ਉਹ ਅਲੱਗਾ ਗੱਲ ਹੈ ਉਹ ਕਿਸੇ ਤੋਂ ਪਰਸਨਲ ਉਹ ਤਾਂ ਕੋਈ ਮਤਲਬ ਮੇਰੇ ਤੇ ਕਿਉਂ ਹੋ ਗਿਆ ਲੋ ਇਹ ਮੇਰੇ ਜ਼ਿਹਨ ਚੋਂ ਕੋ ਮੈਂ ਜਾਂਦੇ 60 ਹਜ਼ਾਰ ਲੱਖ ਮੈਂ ਵੇਲਾ ਫੇਰ ਕੇ 60 ਹਜ਼ਾਰ ਕਿਦਾਂ ਕਮਾ ਲਿਆ ਯਾਰ ਮੈਨੂੰ ਨਹੀਂ ਸਮਝ ਆਇਆ ਪਰਸਨਲੀ ਲੈ ਗਏ ਅੱਛਾ ਯਾਨੀ ਕਿ ਉਹ ਬਾਹਰ ਉਹ ਕੱਟਦੇ ਨਿਸ਼ਾਨ ਪਹਿਲੇ ਦੇ ਮੌਜੂਦ ਨੇ ਭਾਈਆਂ ਨੂੰ ਪਹਿਲੇ ਦੇ ਨੇ ਅੱਛਾ ਇਹਦਾ ਵੀ ਕੋਈ ਮੈਡੀਕਲ ਟੈਸਟ ਹੋ ਸਕਦਾ ਇੱਕਦੋਨ ਹੋਣਾ ਚਾਹੀਦਾ ਪਤਾ ਲੱਗ ਜਾਂਦਾ ਕਿ ਪੁਰਾਣਾ ਹੈ ਕਿ ਨਵਾਂ ਹੈ ਕਿੰਨਾ ਕਿ ਆਈਡੀਆ ਹੋ ਜਾਂਦਾ ਹੁੰਦਾ ਹੁੰਦਾ ਬਸ ਠੀਕ ਆ ਉਹ ਵੀ ਜੇ ਇਹਦਾ ਦਿਲ ਕਰੇ ਉਹਦਾ ਮੈਡੀਕਲ ਕਰਾ ਕੇ ਲਿਆ ਕੇ ਇੱਥੇ ਦੱਸ ਉਸ ਤੋਂ ਪਹਿਲੇ ਨਾ ਦੱਸ ਮੇਰੇ ਪਿੱਛੇ ਵੀ ਬੜੀਆਂ ਔਰਤਾਂ ਨੇ ਬਲੇਡ ਮਾਰੇ ਅੱਛਾ ਆਖਰੀ ਸਵਾਲ ਮੈਂ ਪੁੱਛਣਾ ਚਾਹ ਰਿਹਾ ਦੇਖੋ ਬਹੁਤ ਸਾਰਾ ਚੀਜ਼ਾਂ ਕੰਪਲਿਕੇਟਿਡ ਹੋ ਗਈਆਂ ਆ ਆਖਰੀ ਸਵਾਲ ਆ ਗਿਆ ਹਾਂ ਬੜੀ ਜੀਤੀ ਨਹੀਂ ਨਹੀਂ ਬਸ ਜਿੰਨਾ ਖੁੱਲ ਗਿਆ ਕਾਫੀ ਹੈ ਮੈਂ ਸਵਾਲ ਇਹ ਪੁੱਛਣਾ ਚਾਹ ਰਿਹਾ ਮੇਰੇ ਦਿਲ 'ਚ ਵੀ ਹੈ ਜਿਹੜਾ ਹੋਰ ਵੀ ਬਹੁਤ ਸਾਰੇ ਪੁੱਛਦੇ ਨੇ ਵੀਰਾ ਨੇ ਵੀ ਖੁਦ ਸਾਹਮਣੇ ਕਿਉਂ ਨਹੀਂ ਆ ਰਿਹਾ ਤੈਨੂੰ ਅੱਗੇ ਕਿਉਂ ਕਰ ਰਿਹਾ ਜਾਂ ਹੋਰ ਕੋਈ ਲੋਕ ਨੇ ਉਹ ਕਿਉਂ ਅੱਗੇ ਆ ਰਹੇ ਨੇ ਜਾਨੀ ਖੁਦ ਆਪਣੀ ਸਫਾਈ ਕਿਉਂ ਨਹੀਂ ਪੇਸ਼ ਕਰ ਸਭ ਤੋਂ ਪਹਿਲੇ ਤੇ ਉਮਰ ਭਾਈ ਮੈਨੂੰ ਅੱਗੇ ਉਹ ਨਹੀਂ ਕਰ ਰਹੀ ਮੈਨੂੰ ਮੇਰਾ ਜ਼ਮੀਰ ਮੇਰੀ ਗੈਰਤ ਅੱਗੇ ਕਰ ਰਹੀ ਹੈ ਕਿਉਂਕਿ ਵੀ ਯਾਰ ਮੈਂ ਸਭ ਕੁਝ ਦੇਖਿਆ ਵਾ ਉਹ ਸਜਾ ਜਾਣੇ ਨੂੰ ਨਹੀਂ ਪਤਾ ਜੋ ਕੁਝ ਮੈਨੂੰ ਪਤਾ ਵਾ ਤੇ ਨਾ ਹੀ ਮੈਂ ਉਹਨਾਂ ਨੂੰ ਦੱਸ ਸਕਦਾ ਵਾਂ ਐਦਾਂ ਹੀ ਜਦੋਂ ਤੁਸੀਂ ਬੈਠੇ ਐਦਾਂ ਮੇਰਾ ਉਸਤਾਦ ਬੈਠ ਕੇ ਮੇਰੇ ਕੋਲ ਪੁੱਛੇਗਾ ਨਾ ਕੋਈ ਗੱਲ ਮੇਰੀ ਜ਼ੁਬਾਨ ਜੇ ਤਤਲਾਟ ਆਏਗੀ ਮੈਨੀਆਂ ਗੱਲਾਂ ਦੱਸ ਸਕਾਂਗਾ ਕਿ ਮੈਂ ਉਹਦੀ بیوی ਬਾਰੇ ਉਹਨੂੰ ਦੱਸਾਂ ਸਮਝ ਰਹੇ ਹੋ ਤੇ ਰਹੀ ਗੱਲ ਉਹ ਆਪ ਕਿਉਂ ਨਹੀਂ ਅੱਗੇ ਆ ਰਹੇ ਹੂੰ 25 ਸਾਲ ਲੱਗੇ ਨੇ ਉਹਨਾਂ ਨੂੰ ਸਜ਼ਾ ਜਾਨੀ ਬੰਦੇ ਆ ਤੁਹਾਨੂੰ ਪਤਾ ਹੈ ਨਾ ਇਹ ਵੀ ਗੱਲ ਉਹਨੂੰ ਕੀਤੀ ਕਿ 25 ਸਾਲਾਂ ਵਿੱਚ ਸਜ਼ਾ ਜਾਨੀ ਬਣਿਆ ਵਾ ਤੇ 25 ਸਾਲ ਲਾ ਕੇ ਉਹਨੇ ਇਹ ਸਿੱਖਿਆ ਕਿ ਲੜਕੀਆਂ ਦੀ ਜ਼ਿੰਦਗੀ ਕਿਵੇਂ ਬਰਬਾਦ ਕਰਨੀ ਹੈ ਲਾਸਟ ਵੀਡੀਓ ਚ ਕਿਹਾ ਗਿਆ ਐਦਾਂ ਹੀ ਐਦਾਂ ਹੀ ਆ ਤੇ ਤੈਨੂੰ ਉਹਨੇ 40 ਸਾਲਾਂ ਜੀ ਤੱਕ ਸਗਾਤਾ ਕਿ ਮੇਰੀ ਜ਼ਿੰਦਗੀ ਕਿਦਾਂ ਬਰਬਾਦ ਕਰਨੀ ਆਉਂ ਸੋਚਣ ਵਾਲੀ ਗੱਲ ਆ ਮੈਨੂੰ ਤਾਂ ਨਹੀਂ ਆਇਆ 4 ਸਾਲਾਂ ਚ ਉਹਨਾਂ ਨੇ ਇੱਕ ਫਿਕਰਾ ਵੀ ਦਿੱਤਾ ਕਿ ਮੈਂ ਕਿਸੇ ਬੱਚੀ ਦੀ ਜ਼ਿੰਦਗੀ ਬਰਬਾਦ ਕਰਾਂ ਸਹੀ ਸਿੱਖਣ ਵਾਲੀ ਮੈਂ ਤੁਹਾਡਾ ਅਨੁਵਾਦ ਆ ਨਾਜ਼ਰ ਜਾਣ ਕੇ ਕਹਿ ਰਹੇ ਹਾਂ ਤੇ ਉਸ ਸਜਾ ਜਾਨੀ ਕਿੱਦਾਂ ਕਿਉਂ ਆਵੇ ਕੈਮਰੇ ਤੇ ਯਾਰ ਦੱਸੋ ਉਹ ਇਲਜ਼ਾਮ ਲੱਗ ਰਹੇ ਤੇ ਕਿਉਂ ਨਹੀਂ ਉਹ ਇਲਜ਼ਾਮ ਲੱਗ ਰਹੇ ਨੇ ਸਫਾਈ ਪੇਸ਼ ਕਰਨੀ ਚਾਹੀਦੀ ਹੈ ਆ ਸਫਾਈ ਪੇਸ਼ ਕਰੀ ਦੀ ਅਦਾਲਤ ਅੱਗੇ ਕਿਉਂਕਿ ਦੋਵੇਂ ਪਬਲਿਕ ਫਿਗਰ ਨੇ ਨਾ ਵੀਡੀਓ ਮੈਂ ਦੇਖੀ ਸਜਾ ਜਾਨੀ ਦੀ ਇੰਸਟਾਗ੍ਰam ਤੇ ਪੇਜ ਤੇ ਲੱਗੀ ਹੋਈ ਹੈ ਜੋ ਉਹਨਾਂ ਨੇ ਪਿਆਰ ਦਿਖਾ ਰਹੇ ਹਾਂ ਹਾਂਜੀ ਉਹਨਾਂ ਨੇ ਥੋੜਾ ਜਿਹਾ ਜੋਸ਼ੋ ਸ਼ ਕਹਿ ਸਕਦੇ ਉਹਨਾਂ ਨੇ ਆਪਣੇ ਚੈਨਲ ਤੇ ਇੱਕ ਵੀਲੋਗ ਅਪਲੋਡ ਕੀਤਾ ਹੈ ਜਿਹਦੇ ਚ ਉਹਨਾਂ ਨੇ ਸਿਰਫ ਜਿਹੜੇ ਇਹਦਾ ਇੰਟਰਵਿਊ ਲੈ ਰਹੇ ਨੇ ਨਾ ਯੂਟਿਊਬਰਸ ਨੂੰ ਉਹਨਾਂ ਨੇ ਮੁਖਾਤਬ ਕੀਤਾ ਹੈ ਇਹ ਤੇ ਉਸ ਲੈਵਲ ਦੀ ਨਹੀਂ ਸਜਾ ਜਾਣੀ ਨਾ ਇਹ ਗੁਫ਼ਤਗੂ ਕਰ ਸਕੀ ਹੁਣ ਇਹਦਾ ਮਸਲਮ ਕਿਉਂ ਲੈਵਲ ਹੀ ਨਹੀਂ ਹੋ ਰਿਹਾ ਕਿ ਸਜਾ ਜਾਣੀ ਨਾ ਗੁਫ਼ਤਗੂ ਕਰ ਸਕੀ ਨਹੀਂ ਭਾਈ ਦੇ ਨਾਲ ਕੰਮ ਕਰ ਰਿਆ ਤੇ ਹੋ ਸਕਦਾ ਇਸ ਵੇਲੇ ਤੂੰ ਫੇਵਰ ਕਰ ਰਿਹਾ ਹੋਵੇਂ ਲਾਣਤ ਉਸ ਇਨਸਾਨ ਤੇ ਜਿਹੜਾ ਮਸਲਮ ਕੇ ਨਾਲ ਕੰਮ ਕਰਨ ਦੀ ਵਾਇ ਤਾਂ ਫੇਵਰ ਕਰ ਰਿਹਾ ਹੈ ਮੈਂ ਐਸੋਇਆ ਤਾਂ ਫੇਵਰ ਕਰ ਰਿਹਾ ਹਾਂ ਇਨੇ ਇਹ ਤਾਂ ਕਿ ਇੱਕ ਸੱਚ ਨਹੀਂ ਬੋਲੇ ਆ ਯਾਰ ਉਮਰ ਭਾਈ ਨਹੀਂ ਤੂੰ ਮੈਂ ਇਹਨੂੰ ਇਹ ਗਿਆ ਵਾ ਕਿ ਸੱਚ ਬੋਲ ਮੈਂ ਇਹਨੂੰ ਗਿਆ ਸੀ 10% ਸੱਚ ਹੈ ਯਾਰ ਉਹ ਵੀਡੀਓ ਉਹ ਡਿਲੀਟ ਹੋ ਗਈ ਇਹਨੇ ਕਾਪੀਰਾਈਟ ਭੇਜਿਆ ਐਡੀ ਇਹ ਸੱਚੀ ਹੈ ਤਾਂ ਕਿਉਂ ਕਾਪੀਰਾਈਟ ਭੇਜਿਆ ਨਾਨ ਬੁਖਾਰੀ ਦੇ ਚੈਨਲ ਤੇ ਤੁਸੀਂ ਫੋਨ ਕਰਕੇ ਪੁੱਛ ਲੋ ਨਾਨ ਭਾਈ ਨੂੰ ਕਿਉਂ ਡਿਲੀਟ ਹੋਈ ਹੈ ਵੀਡੀਓ ਨਾਨ ਬੁਖਾਰੀ ਮੈਂ 300 ਕਿ ਤੇ ਮੈਂ ਦੇਖੇ ਸੀਗੇ ਵੀਊ ਚਲੇ ਗਏ ਹਾਂਜੀ ਉਹ ਕਿਉਂ ਮਤਲਬ ਕਿ ਡਿਲੀਟ ਕਿਉਂ ਕਰਵਾਈਏ ਨੇ ਨਹੀਂ ਡਿਲੀਟ ਕਿਸ ਤਰ੍ਹਾਂ ਕਰਵਾਤੀ ਕਾਪੀਰਾਈਟ ਹੈ ਤਾਂ ਥੰਬਨੇਲ ਤੇ ਤਸਵੀਲਾ ਬੈਠੇ ਸੀ ਹਾਂ ਉਸ ਵੀਡੀਓ ਹਨਾਨ ਭਾਈ ਅਲੀ ਚ ਵੀਡੀਓ ਚ ਮੈਂ ਇਹ ਕਿਹਾ ਸੀ ਇਹਨੇ ਕਿਹਾ ਸੀ ਕਿ ਮੈਂ ਸਜਾਜਾਨੇ ਦੀ ਦੂਸਰੀ ਬੇਗਮ ਤੇ ਮੇਰੇ ਹਕੂਕ ਨਹੀਂ ਪੂਰੇ ਕਰ ਰਿਹਾ ਤੇ ਮੈਨੂੰ ਔਨ ਨਹੀਂ ਕਰ ਰਿਹਾ ਕਿ ਮੈਂ ਇਹਦੀ ਬੇਗਮ ਹਾਂ ਮੈਂ ਅਗੋਂ ਇਹ ਕਿਹਾ ਵਾ ਜੇ ਤੂੰ ਦੂਸਰੀ ਬੇਗਮ ਸਜਾਜਾਨੇ ਵੀ ਤੇ ਤੇਰਾ ਤੀਸਰਾ ਮੀਆਂ ਇਹ ਦੂਸਰੀ ਬੇਗਮ ਵਾਲੀ ਗੱਲ ਕਿੰਨੇ ਕੀਤੀ ਇਹਨੇ ਕੀਤੀ ਸੀ ਮੈਂ ਤੇ ਉਹਦਾ ਇਹ ਗਿਆ ਕਿ ਜੇ ਅਗਰ ਅੱਛਾ ਅਗਰ ਤੂੰ ਉਹਦੀ ਦੂਸਰੀ ਬੇਗਮ ਆ ਤੂੰ ਆਪਕੇ ਹੈ ਰਹੀ ਸੀ ਤੂੰ ਤੀਸਰੀ ਕਹਿਣੀ ਤਾਂ ਮੈਂ ਇਹ ਹੀ ਕਹਿਣਾ ਸੀ ਜੇ ਤੂੰ ਤੀਸਰੀ ਬੇਗਮ ਤਾਂ ਸਜ਼ਾ ਜਾਣੀ ਵੀ ਤੇ ਤੇਰਾ ਤੀਸਰਾ ਹਸਬੰਦ ਪਹਿਲੀਆਂ ਦੋ ਤਲਾਕਾਂ ਤੈਨੂੰ ਵੀ ਤੇ ਹੋਈਆਂ ਹੀ ਆ ਇਹ ਹੁਣ ਇਹਨੂੰ ਮੈਂ ਪਰਸਨਲ ਨਹੀਂ ਕਰ ਰਿਹਾ ਇਹਦੇ ਨਾਲ ਕਿ ਤੂੰ ਤੇਰੇ ਤਿੰਨ ਵਿਆਹ ਹੋਏ ਨੇ ਇਹ ਮੈਂ ਇਸ ਤੋਂ ਕਹਿ ਰਿਹਾ ਵਾਂ ਕਿ ਇਹਨੇ ਵੀ ਤਾਂ ਕਿਸੇ ਨੂੰ ਪਰਸਨਲ ਕੀਤਾ ਹੈ ਇਹਨੇ ਮੈਨੂੰ ਪਰਸਨਲ ਕੀਤਾ ਹੈ 90% ਝੂਠ ਲੈ ਕੇ মিডিਆ ਤੇ ਬਹਿ ਕੇ ਕਹਿਣ ਦਈਏ ਯਾਰ ਇਹਦੀ ਆ ਤਿੰਨ ਮਹੀਨੇ ਕਿ ਪਤਾ ਨਹੀਂ 6 ਮਹੀਨੇ ਕਿ 9 ਮਹੀਨੇ ਪਹਿਲੇ ਇਹਦੀ ਵੀਡੀਓ ਆਈ ਹੈ ਜਿਹਦੇ ਚ ਇਹਨੇ ਕਿਹਾ ਹੈ ਕਿ ਮੈਂ ਸਜਾਜ ਹਾਂ ਮੈਂ ਸਜਾਜ ਜਾਨੇ ਦੀ بیوی ਹਾਂ ਹਾਂ ਇਹ ਉਦੋਂ ਹੋਈ ਛ ਤਾਂ ਇਹਨੂੰ ਤਲਾਕ ਹੋ ਗਈ ਹੈ ਨਾ ਜੀ ਜੀ ਉਦੋਂ ਕਹਿੰਦਈ ਆ ਮੈਂ ਸਜਾਜ ਜਾਨੇ ਦੀ بیوی ਹਾਂ ਬਿਲਕੁਲ ਸਹੀ ਗੱਲ ਹੈ ਇਹਦੇ ਥੰਬਨੇਲ ਇਹਦੀਆਂ ਵੀਡੀਓਜ਼ ਦੇ ਵਿੱਚ ਗੱਲਾਂ ਕੀ ਹੁੰਦੀਆਂ ਸੀ ਹਾਏ ਦਿਲਜੀਤ ਮੈਂ ਤੇਰੇ ਕੋਲ ਆਜਾ ਮੈਨੂੰ ਇਹਨੇ ਪ੍ਰਪੋਜ਼ ਕਰਤਾ ਮੈਨੂੰ ਉਹਨੇ ਪ੍ਰਪੋਜ਼ ਕਰਤਾ ਦੇਖ ਲਓ ਇਹ ਵੀ ਉਹ ਥੰਬਨੇਲ ਹੋਈ ਨੇ ਸਮੇਂ ਰੋਤ ਕੇ ਮੈਂ ਐਵੇਂ ਸੈ ਤੁਹਾਨੂੰ ਕਹਿ ਰਿਹਾ ਇਹ ਕਹਿ ਨਹੀਂ ਨਾ ਵੀਡੀਓ ਚ ਹਕੂਕ ਨਹੀਂ ਮੈਂ ਤਾਂ ਸਿਰਫ ਤੁਹਾਨੂੰ ਦੱਸਿਆ ਕਿ ਬੱਚੇ ਦੇ ਕਿੰਨੇ ਕਿੰਨੇ ਹਕੂਕ ਪੂਰੇ ਹੋ ਰਹੇ ਕਿ ਮੇਰੀ ਤਨਖਾਹ ਵਾ ਤੇ ਉਹ ਬੱਚਿਆਂ ਦੇ ਕੱਪੜੇ ਆ ਦੋ ਤਿੰਨ ਦਿਨਾਂ ਦੇ ਉਹ ਕਿੰਨੇ ਮਿਸਲੋਂ ਕੁਝ ਨਹੀਂ ਬਣਾ ਕੇ ਦਿੱਤਾ ਆਪਣੇ ਸ਼ਗਿਰਤਾ ਨੂੰ ਘਰ ਬਣਾ ਕੇ ਦਿੱਤੇ ਤੇ ਉਹਨਾਂ ਨੇ ਸੈਕਰੀਫਾਈਜ਼ ਵੀ ਕੀਤਾ ਨਾ ਉਹਨਾਂ ਨੇ ਇਹ ਨਹੀਂ ਕਿ ਆਹ ਦੋਸਤ ਜੀ ਤੁਸੀਂ ਆ ਕੀ ਆ ਉਹਨਾਂ ਨੇ ਐਵੇਂ ਝੂਠ ਨਹੀਂ ਨਾ ਮਾਰਿਆ ਟੀਵੀ ਤੇ ਆ ਕੇ ਉਹ ਆ ਕੇ ਦੁਸ਼ਮਨਾ ਦੀ ਸਾਫ ਚੇਤ ਨਹੀਂ ਨਾ ਖਲੋਤੇ ਹੂੰ ਉਨਨਵੇਂ ਤੋਂ ਮਿਲੇ ਆ ਤੇ ਨਾਲੇ ਉਹ ਰੱਬ ਨੇ ਦਿੱਤਾ ਹੈ ਯਾਰ ਸਜਾ ਜਾਨੇ ਕਿਸ ਨੂੰ ਕੀ ਦੇ ਸਕਦਾ ਹੈ ਤੁਸੀਂ ਦੱਸੋ ਕੁਝ ਵੀ ਨਹੀਂ ਦੇ ਸਕਦਾ ਉਹ ਜਿੰਨਾ ਕਿ ਦੇ ਸਕਦਾ ਤੇ ਮੈਨੂੰ ਤੇਰੀ ਸਾਰੀ ਗੱਲਾਂ ਤੋਂ ਇਹ ਆਈਡੀਆ ਹੋ ਰਿਹਾ ਵਾ ਕਿ ਸਜਾ ਜਾਨੇ ਜਿਹੜੀ ਮੈਨੂੰ ਮੇਨ ਗਲਤੀ ਨਜ਼ਰ ਆ ਰਹੀ ਹੈ ਇਹ ਕਹਿ ਕੇ ਇਨ ਸੈਂਸ ਕਿ ਸ਼ਾਦੀਆਂ ਕੀਤੀਆਂ ਸ਼ਾਦੀਆਂ ਕੀਤੀਆਂ ਚਾਹੇ ਸ਼ਾਦੀਆਂ ਹੱਦ ਤੱਕ ਮੈਂ ਕਹੂੰਗਾ ਕਿ ਇਸ ਕਿਉਂਕਿ ਇਸਲਾਮ ਹਲਾਲ ਸ਼ੁਗੀਨ ਹਲਾਲ ਆਚਕੀਨ ਸੀ ਇਹ ਕਰਾਂਗੇ ਕਿ ਇਸਲਾਮ 'ਚ ਇਜਾਜ਼ਤ ਹੈ ਹਲਾਲ ਇੱਥੇ ਤੱਕ ਇਜਾਜ਼ਤ ਹੈ ਕਰ ਸਕਦੇ ਹੋ ਔਰ ਆਪਣੇ ਆਪ ਤੇ ਮੁਸੀਬਤਾਂ ਪਾਲ ਲਈਆਂ ਠੀਕ ਹੈ ਪਹਿਲੇ ਐ ਨਹੀਂ ਸੋਚਿਆ ਕਿ ਅਗਰ ਮੈਂ ਫੋਰ ਐਗਜ਼ਾਮਪਲ ਸ਼ਾਦੀਆਂ ਕਰਦਾ ਤਾਂ ਮੇਰੇ ਅੱਗੇ ਐ ਮਾਮਨਾਤ ਆ ਸਕਦੇ ਠੀਕ ਹੈ ਮੈਨੂੰ ਜਨਾ ਲੱਗ ਰਹੀ ਹੈ ਸਜਾਦ ਜਾਨੀ ਦੀ ਕਿ ਐ ਸ਼ਾਦੀਆਂ ਦੇ ਮਾਮਲੇ ਚ ਜਿਹੜਾ ਆਏਗਾ ਉਹਨਾਂ ਨੇ ਕਿ ਉਹਨਾਂ ਨੇ ਨਾ ਮਤ ਪਾਚ ਸੰਭਾਲ ਲਿਆ ਨਹੀਂ ਗਿਆ ਸਾਰਾ ਹਰ ਚੀਜ਼ ਨੂੰ ਦੂਰੰਦੇਸ਼ ਇਹਨਾਂ ਦੇਖਣ ਵਾਲੇ ਇਨਸਾਨ ਨੇ ਐਸ ਚੀਜ਼ ਨੂੰ ਵੀ ਦੂਰੰਦੇਸ਼ ਇਹਨਾਂ ਦੇਖਣਾ ਚਾਹੀਦਾ ਸੀ ਮੇਰੇ ਉਸਤਾਦ ਐ ਆ ਗਿਆ ਹੈ ਸਾਡੇ ਅਸ ਅੱਗੇ ਆ ਕੇ ਪ੍ਰੋਬਲਮ ਖੜੀ ਕਰ ਸਕਦੀ ਹੈ ਠੀਕ ਹੈ ਐ ਮੈਨੂੰ ਜਿਹੜੀ ਅਜੋ ਹੋ ਰਹੀ ਹੈ ਹੋ ਰਹੀ ਹੈ ਐ ਉਰਜ਼ੂਰੀ ਨਹੀਂ ਇਸ ਕੋ ਸਜਾਦ ਜਾਨੀ ਦਾ ਆਲਰੇਡੀ ਨਾਮ ਹੈਗਾ ਹੋਆ नहीं आदम ऐ मशहूर होंगे फायदा भी है तो नुकसान भी है नुकसान है, है वे के जिते फायदा है ना जिथे खूबियां मशहूर होंगे बड़े हाजिर दिमाग हो बड़े कॉमेडियन होामिया भी मशहूर हो जाए ठीक है ਫਿਰ ਤੁਹਾਡੇ ਪਰਸਨਲ ਮਾਮਲੇ ਵੀ ਜਦੋਂ ਪਬਲਿਕ ਫਿਗਰ ਬਣਦੇ ਉਹਨਾਂ ਤੇ ਤੁਹਾਡੇ ਫਿਰ ਪਰਸਨਲ ਮਾਮਲੇ ਵੀ ਪਰਸਨਲੀ ਰਹਿੰਦੇ ਹੋ ਪਬਲਿਕ ਹੋ ਜਾਂਦੇ ਨੇ ਇਹ ਇੱਕ ਬਹੁਤ بڑا ਨੁਕਸਾਨ ਹੈ ਦੂਸਰਾ ਹੈ ਕਿ ਜਿਹੜਾ ਇਲਜ਼ਾਮ ਤੁਰਾਸ਼ੀ ਦੋਨੋਂ ਤਰਫ ਤੋਂ ਹੋਈ ਹੈ ਸਜਾ ਜਾਨੀ ਦੀ ਤਰਫੋਂ ਵੀ ਹੋਈ ਹੈ ਉਧਰੋਂ ਵੀ ਹੋਈ ਉਹਨਾਂ ਨੇ ਦੇਖ ਉਹਨਾਂ ਨੇ ਕਾਤੋਂ ਕਰਨੀ ਹੈ ਨੇ ਕਿਉਂ ਬੰਦਾ ਖੈਰ ਨਹੀਂ ਆਈ ਉਹਨੇ ਲੋ ਲੇਕਿਨ ਫਿਲਹਾਲ ਇੱਕ ਸਾਈਡ ਤੋਂ ਲੱਗ ਰਹੇ ਨਾ ਇਧਰੋਂ ਸਿਰਫ ਡਿਫੈਂਡ ਕਰ ਰਹੇ ਨੇ ਉਹਨਾਂ ਤੱਕ ਤਾਂ ਗੱਲ ਹੀ ਨਹੀਂ ਜਾਣਦੇ ਨਹੀਂ ਇਨਸ਼ਾਅੱਲਾ ਤੁਹਾਡੇ ਭਰਾ ਨੇ ਅੱਛਾ ਹਾਂਜੀ ਇਹ ਮੇਨਾ ਟੇਬਲ ਟਾਕ ਵੀ ਕਰੇਗੀ ਤੇ ਝੂਠੀ ਹੋ ਗਈ ਉਠੇਗੀ ਇਦਕੋ ਕੁਝ ਵੀ ਨਹੀਂ ਹੈ ਯਾਰ ਸਭ ਤੋਂ ਪਹਿਲੇ ਨੇ ਹੁਣ ਵੀਡੀਓ ਆਪਣੀ ਜਿਹੜਾ ਨਾ ਕਿ ਮੈਂ ਸਬੂਤ ਦਿੰਨੀ ਆ ਸਭ ਤੋਂ ਪਹਿਲੇ ਮੈਂ ਸਬੂਤ ਦਿਨਾਵਾ ਕਿ ਉਹ ਪਰਚਾ ਝੂਠਾ ਵਾ ਅੱਛਾ ਜਿਹੜਾ ਇਹਨੇ ਕਰਾਇਆ ਵਾ ਇਹ ਇਹ ਸੋਚ ਦਵੇ ਕਿ ਪਰਚਾ ਸੱਚਾ ਇਸ ਮੋਟਿਵ ਕੀ ਹੋ ਸਕਦਾ ਹੈ ਪਿੱਛੇ ਤੁਹਾਨੂੰ ਲੱਗਦਾ ਕਿ ਪਿੱਛੇ ਕੋਈ ਐਸਾ ਇਲੀਗਲ ਐਡਵਾਈਜ਼ਰ ਬੈਠਾ ਹੋਇਆ ਜਾਂ ਕੋਈ ਇਨਵੈਸਟਰ ਬੈਠਾ ਹੈ ਜਾਂ ਬੰਦਾ ਬੈਠਾ ਜਿਹੜਾ ਕਹ ਰਿਹਾ ਇਸ ਤਰ੍ਹਾਂ ਕਰੋ ਤੁਸੀਂ ਜਾ ਜਾਣੇ ਕੋ ਪੈਸੇ ਕਢਾਣੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋ ਸਕਦੀ ਹੈ ਹਾਂਜੀ ਹੈਗੇ ਨੇ ਇੱਕ ਦੋ ਬੰਦੇ ਇੱਕ ਤੇ ਵੈਸੇ ਸਿੱਧਾ ਸਿੱਧਾ ਹੀ ਇਸ ਵੀਡੀਓ ਚ ਇਹਨੇ ਵੈਸੇ ਗੁਰ ਕੀਤੀ ਹੈ ਫੇਵਰ ਯਾਰ ਉਸ ਬੰਦੇ ਦੀ ਫੇਵਰ ਕਰ ਰਹੀ ਆ ਤੁਹਾਨੂੰ ਮੈਂ ਦੱਸਾਂ ਕੀ ਗੱਲ ਚੱਲੀ ਆ ਵੈਸੇ ਇਹਨੇ ਪਰਚਾ ਕਰਾਇਆ ਸੀ ਉਦੋਂ ਵੀ ਇਹ ਹੁਣ ਕਹਿ ਰਹੀ ਨਾ ਸੁਨਹਿਨ 60000 ਰੁਪਇਆ ਲੈ ਕੇ ਸਜਾ ਜਾਨੀਏ ਲੋਗ ਗੱਲਾਂ ਕਰ ਰਿਹਾ ਲੱਖ ਰੁਪਇਆ ਲੈ ਗਏ ਇਹਨੂੰ ਅਵੈਸ ਨੇ ਗਾਲਾਂ ਕੱਢੀਆਂ ਸੀ ਤੇ ਸੁਨਹਿਨ ਉਹਦੇ ਘਰ ਦੋਵਰੀ ਪੁਲਿਸ ਲੈ ਕੇ ਆਇਆ ਸੀ ਵੈਸ ਤੇ ਘਰ ਅਵੈਸ ਦੇ ਘਰ ਅਵੈਸ ਦੇ ਕੋਲੋਂ ਮਾਫੀ ਸੁਨਹਿਨ ਨੇ ਮੰਗਵਾਈ ਸੀ ਉਦੋਂ ਮੈਂ ਤੇ ਕੋ ਕਿੰਨੇ ਪੈਸੇ ਲੈਏ ਸੀ 10 ਮੈਨੂੰ ਕਿੰਨੇ ਕ ਪੈਸੇ ਲੈ ਕੇ ਮੈਂ ਅਵੈਸ ਦੇ ਨਾਲ ਲੜਨ ਗਿਆ ਸੀ ਪੁਲਿਸ ਲੈ ਕੇ ਗਿਆ ਸੀ ਆਪਣੇ ਸਿਰ ਤੇ ਗਿਆ ਸੀ ਤੇਰਾ ਸਗਾ ਭਰਾ ਬੋਲਿਆ ਸੀ ਤੇਰੇ ਅਗ ਚ ਤੇਰੀ ਮਾਂ ਨੂੰ ਗਾਲਾਂ ਕੱਢੀਆਂ ਸੀ ਅਈ ਦੋਦੀ ਇਸ ਵਾਰਿਸ਼ ਲੈ ਕੇ ਬੈਠੀ ਆ ਕਿ ਕਿਦਾਂ ਅਵੈਸ ਨੂੰ ਫਸਾਇਆ ਗਿਆ ਤੈਨੂੰ ਨਹੀਂ ਪਤਾ ਅਵੈਸ ਕਿਦਾਂ ਫਸਿਆ ਜਿੱਦਾਂ ਤੂੰ ਫਸਾ ਰਹੀ ਆ ਕਿਸੇ ਨੂੰ ਜਿੱਦਾਂ ਤੂੰ ਰੀਦਾ ਨੂੰ ਫਸਾ ਰਹੀ ਆ ਯੂਜ਼ ਕਰ ਰਹੀ ਆ ਚਲੋ ਭਰਾ ਮੇਰਾ ਇਹ ਅਜੋਦੀ ਇਸ ਵਾਰਿਸ਼ ਕਰ ਰਹੀ ਹੈ ਅਵੈਸ ਦੀ ਅਵੈਸ ਦੇ ਨਾਲੇ ਬਾਜੀ ਰੀਦਾ ਬਚਾਈਏ ਅਵੈਸ ਨੇ ਉਸ ਤੋਂ ਬਾਅਦ ਇੱਕ ਹੋਰ ਬੰਦਾ ਹੈ ਉਹਦਾ ਮੈਂ ਪੱਕੀ ਯਕੀਨ ਨਾ ਆਈਏ ਕਿ ਇਸ ਤੋਂ ਨਹੀਂ ਕਹਿ ਰਹੇ ਕਿ ਮੇਰੇ ਕੋ ਅਵੈਸ ਦਾ ਤੇ ਸਬੂਤ ਆ ਮਿਲ ਗਿਆ ਸਿੱਧਾ ਹੀ ਵੀਡੀਓ ਜਿਹਨੇ ਆਪ ਦਾ ਕਰਤਾ ਹੈ ਫੇਵਰ ਕਰਕੇ ਫੇਵਰ ਕਰਕੇ ਕਿਉਂਕਿ ਉਹ ਕੁੜੀ ਜਿਹੜੀ ਤਸਵੀਰ ਲੱਗੀ ਆ ਜੋ ਵੀ ਨਾਮ ਆ ਅਵੇਸ ਤੋਂ ਇਲਾਵਾ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਉਹ ਕੁੜੀ ਕੌਣ ਆ ਕਿੱਥੇ ਦੀ ਆ ਇਹਨੂੰ ਕਿੱਥੋਂ ਪਤਾ ਲੱਗਾ ਇਹ ਈ ਹੈ ਮਤਲਬ ਕਿ ਕੋਈ ਚਰਾਗ ਨਹੀਂ ਹੈ ਉਹਲਾਦੀਨ ਦਾ ਚਲੋ ਇਹਨੂੰ ਵਾਈਂਡ ਅਪ ਕਰਦੇ ਆ ਸਾਰੀ ਗੱਲਾਂ ਨੂੰ ਇਹ ਵਾਈਂਡ ਅਪ ਇਨਸ਼ਾਅੱਲਾ ਆਪਾਂ ਵੀ ਕਰਾਂਗੇ ਬਿਲਾਲ ਹੁਣ ਤੱਕ ਜਿਹੜੀ ਅਪਡੇਟ ਆਈ ਹੈ ਹੁਣ ਤੱਕ ਜਿਹੜੇ ਮਾਮਲੇ ਚੱਲ ਰਹੇ ਨੇ ਹੋਣਾਂ ਤੇ ਇਹ ਚਾਹੀਦਾ ਸੀਗੇ ਅਦਾਲਤਾਂ ਦੇ ਅੰਦਰ ਸਾਰੇ ਮਾਮਲੇ ਆ ਜਾਂਦੇ ਅਗਰ ਮੀਆਂ ਬੀਵੀ ਦਾ ਆਪਸ ਵਿੱਚ ਕੋਈ ਝਗੜਾ ਚੱਲ ਰਿਹਾ ਹੋਵੇ ਕੋਈ ਮਾਮਲਾ ਚੱਲ ਰਿਹਾ ਨੇ ਬਿਹਤਰ ਹੋਈ ਹੁੰਦਾ ਕਿ ਇਹਨੂੰ ਟੀਵੀ ਤੇ ਲਿਆਉਣ ਦੀ ਬਜਾਏ ਪਬਲਿਕ ਤੇ ਲਿਆਉਣ ਦੀ ਬਜਾਏ ਉੱਤਾਰ ਬੈਠ ਕੇ ਵੱਡਿਆਂ ਨੂੰ ਵਿੱਚ ਪਾ ਕੇ ਜਦੋਂ ਉਹ ਅਦਾਲਤ ਤੱਕ ਵੀ ਗੱਲ ਚਲੀ ਗਈ ਹੈ ਯਾਰ ਮੈਂ ਅਦਾਲਤ ਤੇ ਆਪਰੇ ਰਿਸੋਲਵ ਕਰ ਦਿੱਤਾ ਜਾਏ ਨਾ ਕਿ ਇਹਨੂੰ ਲੋਕਾਂ ਦੇ ਅੰਦਰ ਉਛਾਲ ਲਿਆ ਜਾਏ ਤੇ ਤੁਹਾਡੀ ਵੀ ਇੱਜ਼ਤ ਖਰਾਬ ਹੁੰਦੀ ਹੈ ਅਗਲੇ ਬੰਦੇ ਦੀ ਵੀ ਇੱਜ਼ਤ ਖਰਾਬ ਹੁੰਦੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਇਹ ਸਾਰੇ ਮਾਮਲੇ ਤੁਹਾਡੇ ਸਾਹਮਣੇ ਫਿਰ ਇਹ ਖਰਚਾ ਗੇਮ ਅੱਜ ਮੈਂ ਦੱਸ ਰਿਹਾ ਵਾਂ ਨਾ ਮੈਂ ਇਹ ਸਜਾ ਜਾਣੀ ਨੂੰ ਦੱਸਿਆ ਵਾ ਤੇ ਨਾ ਮੈਂ ਤੈਨੂੰ ਦੱਸਿਆ ਵਾ ਤੇ ਨਾ ਮੈਂ ਕਿਸੇ ਨੂੰ ਵੀ ਦੱਸਿਆ ਵਾ ਇਹ ਅਲੀ ਨੂੰ ਮੈਂ ਹਰਸ਼ਾ ਮਨਾ ਕੇ ਉੱਠਿਆ ਸੀ ਇਹਨੇ ਤਾਂ ਇਹ ਹੀ ਕਹਿਤਾ ਕਿ ਯਾਰ ਮੈਨੇ ਤਾਂ ਉਸੇ ਕੁਝ ਵੀ ਨਹੀਂ ਬੋਲਾ ਮੈਨੇ ਉਸ ਕੋ ਮੈਂ ਉਹਨੂੰ ਗਿਆ ਮੈਂ ਤਾਂ ਤੈਨੂੰ ਲਵ ਯੂ ਕਹਿ ਰਿਹਾ ਤੈਨੂੰ ਮਾਂ ਕਹਿ ਰਿਹਾ ਤੇ ਤੂੰ ਅਗੋਂ ਚੁੱਪ ਕਰਕੇ ਬੈਠੀ ਆਂ ਹਾਂ ਮੈਨੇ ਕੁਝ ਬੋਲਾ ਇਸਮੇ ਮੈਂ ਮੇਰਾ ਕੀ ਕਸੂਰ ਓਏ ਯਾਰ ਅੱਲਾ ਦੀ ਇਹ ਬੰਦੀ ਏ ਤੈਨੂੰ ਇਹ ਵੇਖ ਰਿਹਾ ਵਾ ਕਿ ਇਸ ਚੈਟ ਦੀ ਵੇ ਤਾਂ ਮੇਰਾ ਬੰਦਾ ਮੈਨੂੰ ਤਲਾਕ ਦੇ ਰਿਹਾ ਵਾ ਤੇਰੇ ਨਾਲ ਤੇਰਾ ਭਰਾ ਤੈਨੂੰ ਛੱਡ ਕੇ ਜਾ ਰਿਹਾ ਵਾ ਤੇ ਤੂੰ ਉਸ ਬੰਦੇ ਨੂੰ ਕੁਝ ਵੀ ਨਹੀਂ ਕਹਿਆ ਦਾ ਕੀ ਮਕਸਦ ਆ ਕਿ ਤੇਰਾ ਦਿਲ ਸੀ ਉਹ ਤੈਨੂੰ ਕਵੇ ਇਹ ਉਹ ਗੱਲ ਕਰ ਰਹੇ ਆ ਕਿ ਇਹ ਅਦਾਲਤਾਂ ਦੇ ਮਾਮਲੇ ਅਦਾਲਤਾਂ ਚ ਸੋਲਵ ਹੋ ਸਕਦੇ ਸੀ ਜੇਕਰ ਇਹਨੂੰ ਮੀਡੀਆ ਚ ਨਾ ਲਿਆਇਆ ਜਾਂਦਾ ਨਾ ਇਹਦੀ ਖਾਪ ਹੈ ਟੀਜੀ ਰੇਟਿੰਗ ਗੇਮ ਰੇਟਿੰਗ ਇਹਦਾ ਚੈਨਲ ਦੇਖ ਲੋ ਇਹਦਾ ਚੈਨਲ ਦੇਖ ਲੋ ਜਦੋਂ ਦਾ ਮੈਂ ਇਹ ਤੋਂ ਅਲੈਦਾ ਹੋਇਆ ਮੈਂ ਕੋਲ ਜੋ ਉਹ ਗੱਲਾਂ ਨਹੀਂ ਕਰ ਰਹੇ ਕਿ ਮੇਰੀ ਵਜ੍ਹਾ ਤੋਂ ਹੀ ਵੀਵਰਸ਼ਿਪਸ ਮੈਂ ਆਪ ਨਹੀਂ ਕਿਤੇ ਇਹ ਤੱਕ ਕੰਮ ਕੀਤਾ ਮੈਂ ਉਸ ਐਵਰੇਜ ਵਿਊਜ਼ ਘਟਾ ਰਹੇ ਨੇ 1200 ਵਿਊਜ਼ ਆ ਰਹੇ ਨੇ 6 ਲੱਖ ਸਬਸਕ੍ਰਾਈਬਰਸ 1.2k in 4 days ਮਸਲੇ ਬਣ ਗਏ ਹਨ ਮਸਲੇ ਮੈਂ ਆਪ ਮੈਂ ਕਿਉਂ ਨਹੀਂ ਕੰਮ ਕੀਤਾ ਕਿਤੇ ਆਏ ਨੇ ਨਾ ਅੱਜ ਬੜੀ ਗਲਤ ਗੱਲ ਕੀਤੀ ਮੈਨੂੰ ਨਾ ਚੁੱਪ ਨਹੀਂ ਰਹਿ ਹੋ ਰਿਹਾ ਸਿਰਫ ਤੁਹਾਡੀ ਵੈਰ ਤੋਂ ਚੁੱਪਾਂ ਕਿ ਮੈਂ ਇਦਾਂ ਇਹ ਲੈਣਾ ਕਰਾਂ ਮੈਂ 9 ਮਹੀਨੇ ਕੰਮ ਨਹੀਂ ਕੀਤਾ ਉਮਰ ਭਾਈ ਤੁਸੀਂ ਦੱਸੋ ਮੈਂ ਸਜਾ ਜ ਨਹੀਂ ਕੋ ਨਹੀਂ ਸੀ ਜਾ ਸਕਦਾ ਜਾ ਕੇ ਮਾਫੀ ਨਹੀਂ ਸੀ ਮੰਗ ਸਕਦਾ ਮੈਂ ਮੈਂ ਜੋ ਵੀ ਕੀਤਾ ਮੈਂ ਜਾ ਕੇ ਕੰਮ ਕਰ ਸਕਦਾ ਹਾਂ ਮੈਂ ਕਿਉਂ ਨਹੀਂ ਗਿਆ ਕੋਈ ਯਾਰ ਇਹ ਇਹ ਨਾ ਸੋਚੇ ਕਿ ਸਜਾ ਜਾਨੀ ਨੇ ਛਡਾਇਆ ਹੈ ਸਜਾ ਜਾਨੀ ਨੇ ਗਿਆ ਸੁਣਣ ਵਾਪਸ ਆਇਆ ਮੈਂ ਤੇ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਆਇਆ ਕਿ ਯਾਰ ਤੂੰ ਬਗੈਰਤ ਬਣ ਕੇ ਰਹਿ ਰਹੇ ਆਂ ਮੈਂ ਯਾਰ ਅ ਮੇ ਕੋ ਸਬੂਤ ਆਇਆ ਵਾ ਤੇ ਦੱਸੇ ਇਹ ਔਰਤ ਉਸ ਤੋਂ ਬਾਅਦ ਇੱਕ ਘੰਟਾ ਵੀ ਮੈਂ ਜੇ ਇਹਦੇ ਘਰ ਰਿਹਾ ਹਾਂ ਜਿੱਦਾਂ ਹੀ ਮੇ ਕੋ ਸਬੂਤ ਆਇਆ ਵਾ ਮੈਂ ਇੱਕ ਘੰਟਾ ਨਹੀਂ ਗੁਜ਼ਾਰਿਆ ਉਹ ਖੈਰ ਫਿਰ ਉਹੀ ਗੱਲ ਅਦਾਲਤਾਂ ਦੇ ਮਾਮਲੇ ਆ ਤੇ ਬਾਕੀ ਦੋਸਤੋ ਸਾਰੇ ਮਾਮਲੇ ਸਾਰੀ ਗੱਲਬਾਤ ਤੁਹਾਡੇ ਦੀ ਸੰਝ ਕੀਤੀ ਹੈ ਤੇ ਬਾਕੀ ਕੌਣ ਹੱਕ ਤੇ ਕੌਣ ਹੱਕ ਤੇ ਨਹੀਂ ਹੈ ਫੈਸਲਾ ਮੇਰੇ ਖਿਆਲ ਆਰਐਲਏ ਚੰਦ ਦਿਨ ਅਜ ਹੋ ਜਾਏਗਾ ਕੁਝ ਅਦਾਲਤਾਂ ਵੱਲੋਂ ਤੁਹਾਡੇ ਨੂੰ ਸਾਰੇ ਮਾਮਲੇ ਜਦੋਂ ਸਾਹਮਣੇ ਆਣਗੇ ਤੇ ਬਾਕੀ ਇਹਦੇ ਨਾਲ ਹੀ ਆਪਣੇ ਹੋਸਟ ਮਰ ਸਲੀਮ ਉਦੇਵ ਜਾਦਤ ਸਾਡੇ ਨਾਲ ਸੀ ਹਸਦਾਨ ਤੇ ਬਾਕੀ ਜਿਹੜਾ ਹੈਗਾ ਅੱਲਾ ਖੈਰ ਕਰੇ ਰੱਖੇ ਲਾ ਭਰਾ ਅੱਲਾ ਫੇਜ਼ ਅੱਲਾ ਹਾਫਿਜ਼ ਅੱਲਾ ਹਾਫਿਜ਼ ਅੱਲਾ ਹਾਫਿਜ਼ ਜਿਆਦਾ ਕੁਝ ਗੱਲ ਕਰਨ ਨੂੰ ਹੈ ਨਹੀਂ ਇਹਦੇ ਉੱਤੇ ਬੇਸਿਕਲੀ ਮੋਸਟਲੀ ਚੀਜ਼ਾਂ ਉਸਤਾਦ ਜੀ ਦੁਆਰਾ ਅਪਰੂਵ ਕਰਤੀਆਂ ਗਈਆਂ ਨੇ ਕਿ ਫੇਕ ਉਸੀ ਕੇ ਕੰਪਲੇਂਟ ਸੀਗੀਆਂ ਜਿਦਾਂ ਪਰਚੇ ਦੇ ਵਿੱਚ ਵੀ ਦਿਖਾਇਆ ਗਿਆ ਹੈ ਉਸਤਾਦ ਜੀ ਨੇ ਮਤਲਬ ਪ੍ਰੋਪਰ ਡੇਟ ਵਾਈਜ਼ ਇਹ ਤਾਂ ਹੁਣ ਹਸਨੈਨ ਬੈਠਾ ਹੋਣਾ ਹਸਨੈਨ ਦੀ ਗੱਲ ਕਰਦੇ ਹਾਂ ਹਸਨੈਨ ਨੇ ਬਹੁਤ ক্লোਜ਼ਲੀ ਦੇਖਿਆ ਚੀਜ਼ਾਂ ਨੂੰ ਤੇ ਉਹ ਕਹਿ ਰਿਹਾ ਹੈ ਕਿ ਜੇ 90% ਚੀਜ਼ਾਂ ਬਿਲਕੁਲ ਹੀ ਗਲਤ ਨੇ 10% ਜਿਹੜੀ ਚੀਜ਼ਾਂ ਸੱਚ ਨੇ ਨਾ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਸੱਚ ਨੇ ਕਿਉਂਕਿ ਠੀਕ ਹੈ ਹੁਣ ਜਿਹੜੀ ਫੇਕ ਗੱਲਾਂ ਉਹਦੇ ਛੱਡ ਦਿਓ ਉਹਦੇ ਸਭ ਨੂੰ ਪਤਾ ਹੈ ਉਹਦਾ ਕੋਈ ਲੌਜੀਕ ਬੰਦਾ ਹੀ ਨਹੀਂ ਗੱਲ ਕਰਨਾ ਉਹਦੇ ਤੁਸੀਂ ਅਗਲੇ ਬੰਦੇ ਨੂੰ ਫਸਾਣਾ ਚਾ ਰਹੇ ਹੋ ਡੀਫੇਮ ਕਰਨਾ ਚਾ ਰਹੇ ਹੋ ਉਹ ਤੁਹਾਡਾ ਮਕਸਦ ਨਹੀਂ ਹੋਣਾ ਚਾਹੀਦਾ ਠੀਕ ਹੈ ਜੇ ਤੁਹਾਨੂੰ ਇਨਸਾਫ ਚਾਹੀਦਾ ਹੈ ਤੇ ਤੁਸੀਂ ਆਪਣੇ 10% ਸੱਚ ਦੀ ਗੱਲ ਕਰੋ ਉਸ ਸੱਚ ਨੂੰ ਹੈਂਡਲ ਕਰਨ ਵਾਸਤੇ ਬਹੁਤ ਅੱਛੇ-ਅੱਛੇ ਤਰੀਕੇ ਅਗੇ ਨੇ ਇੱਕ ਲੀਗਲ ਤਰੀਕਾ ਹੁੰਦਾ ਹੈ ਇੱਕ ਫੈਮਿਲੀ ਹੁੰਦੀ ਹੈ ਤੁਹਾਡੇ ਵੱਡੇ ਹੁੰਦੇ ਨੇ ਤੁਹਾਡਾ ਪਰਿਵਾਰ ਹੁੰਦਾ ਹੈ ਤੁਸੀਂ ਬੈਠ ਕੇ ਯਾਰ ਦੋਸਤ ਹੁੰਦੇ ਨੇ ਤੁਹਾਡਾ ਬਹੁਤ ক্লোਜ਼ ਸਰਕਲ ਹੈ ਕਿਉਂਕਿ ਸੇਮ ਫੀਲਡ ਹੈ ਤੇ ਬਹੁਤ ਸਾਰੇ ਕਾਮਨ ਕਨੈਕਸ਼ਨ ਹੁੰਦੇ ਆ ਤੁਸੀਂ ਬਹੁਤ ਵੱਡੇ ਵੱਡੇ ਸੈਲੀਬ੍ਰਿਟੀਜ਼ ਨੂੰ ਜਾਣਦੇ ਹੋ ਤੇ ਇਸ ਕਰਕੇ ਤੁਸੀਂ ਉਹਨਾਂ ਦਾ ਵੀ ਹਸਾਰਾ ਲੈ ਸਕਦੇ ਹੋ ਕਿ ਜੀ ਇਦਾਂ ਇਦਾਂ ਮੇਰਾ ਮਸਲਾ ਸੁਲਝਾ ਦਿਓ ਇਦਾਂ ਕਰਕੇ ਤੁਸੀਂ ਬੈਠ ਕੇ ਬੜੇ ਇੱਕ ਅੱਛੇ ਤਰੀਕੇ ਨਾਲ ਉਸ ਚੀਜ਼ ਨੂੰ ਮਿਊਚੁਅਲੀ ਸੋਲਵ ਕਰ ਸਕਦੇ ਹੋ ਰਦਰਦਨ ਕਿ ਇਹ ਗੱਲ ਘਰੋਂ ਬਾਹਰ ਜਾਵੇ ਚਾਰ ਬੰਦੇ ਇਹਦੇ ਬਾਰੇ ਗੱਲਾਂ ਕਰਨ ਤੇ ਦੋਵਾਂ ਦੀ ਇੱਜ਼ਤ ਜਿੱਦਾਂ ਕਿ ਹਰ ਦੋਵਾਂ ਦੀ ਇੱਜ਼ਤ ਉਸਲੇ ਉਹ ਚ ਕੋਈ ਫਾਇਦਾ ਨਹੀਂ ਹੁੰਦਾ ਇਹ ਹਮੇਸ਼ਾ ਜੇ ਤੁਸੀਂ ਕਿਸੇ ਵਕੀਲ ਕੋਲ ਵੀ ਜਾਓਗੇ ਕਿਸੇ ਵੀ ਮਸਲੇ ਦਾ ਹੱਲ ਲੈਣ ਉਹ ਸਭ ਤੋਂ ਪਹਿਲਾਂ ਕਹਿੰਨਗੇ ਕਿ ਤੁਸੀਂ ਆਪਸ ਦੇ ਵਿੱਚ ਬੈਠ ਕੇ ਇਸ ਗੱਲ ਨੂੰ ਸੁਲਝਾ ਲਓ ਕਿਤੇ ਹੋਰ ਜੋ ਜਾਣ ਦੀ ਲੋੜ ਹੈ ਹੀ ਨਹੀਂ ਹੈ ਤੇ ਇਹ ਤਰੀਕਾ سوشل میڈیا ਤੇ ਆ ਕੇ ਗੱਲ ਕਰਨ ਦਾ ਆਈ ਥਿੰਕ ਇਹ ਸਭ ਤੋਂ ਵੇਸ ਤਰੀਕਾ ਹੈ। ਸੋਸ਼ਲ ਮੀਡੀਆ ਤੇ ਆ ਕੇ ਤੁਸੀਂ ਆਪਣੇ ਸਿੱਧਾ ਘਰ ਦੀ ਗੱਲ ਕਰਦੋਂ ਉਹ ਨਹੀਂ ਮੈਨੂੰ ਲੱਗਦਾ ਡੀਸੈਂਟ ਤਰੀਕਾ ਹੈ। ਤੁਸੀਂ ਜਾਓ ਸੋ ਅਗਰ ਤੁਹਾਨੂੰ ਲੀਗਲ ਤਰੀਕੇ ਨਾਲ ਵੀ ਹੈਲਪ ਨਹੀਂ ਮਿਲ ਪਾ ਰਹੀ ਹੈ ਹੈਨਾ ਤੁਸੀਂ ਬੇ ਕੀ ਕਰਦੇ ਹੋ ਉਹਨੂੰ ਕਿ ਹਰ ਪਾਸਿਓਂ ਤੁਸੀਂ ਮਜਬੂਰ ਹੋ ਗਏ ਹੋ ਤੁਹਾਨੂੰ ਕਿਤੇ ਵੀ ਹੈਲਪ ਨਹੀਂ ਮਿਲੀ ਹੈ ਤੁਸੀਂ ਹੈਨਾ ਕੋਈ ਲਾਚਾਰ ਹੋ ਗਏ ਹੋ ਪੁਲਿਸ ਨੇ ਵੀ ਹੈਲਪ ਨਹੀਂ ਕੀਤੀ ਹੈ। ਫਿਰ ਸੋਸ਼ਲ ਮੀਡੀਆ ਬਹੁਤ ਅੱਛਾ ਤਰੀਕਾ ਹੈ ਫਿਰ ਤੁਹਾਨੂੰ ਆਣਾ ਚਾਹੀਦਾ ਫਿਰ ਆਪਣਾ ਮੁੱਦਾ ਚੁਕਣਾ ਚਾਹੀਦਾ ਬਟ ਇੱਕ ਤਰੀਕਾ ਹੁੰਦਾ ਉਸ ਤੱਕ ਪਹੁੰਚਣ ਦਾ ਤੁਸੀਂ ਸਿੱਧਾ ਹੀ ਨਹੀਂ ਉੱਥੇ ਛਾਲ ਮਾਰ ਕੇ ਪਹੁੰਚ ਜਾਂਦੇ ਕਮ ਥਰੂ ਪ੍ਰੋਪਰ ਚੈਨਲ ਉਹ ਤਰੀਕਾ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਨਾ ਕਿ ਚੀਜ਼ਾਂ ਨੂੰ ਸੌਟ ਕਰਨ ਦਾ ਤੇ ਪਰਿਵਾਰ ਦੀ ਚੀਜ਼ਾਂ ਹੈ ਤੁਸੀਂ ਆਪਸ ਦੇ ਵਿੱਚ ਇਕੱਠੇ ਰਹੇ ਹੁੰਦੇ ਹੋ ਇੱਕ ਪਿਆਰ ਹੁੰਦਾ ਹੈ ਇੱਕ ਸੌਫਟ ਕੋਰਨਰ ਦਿਲ ਦੇ ਵਿੱਚ ਹਮੇਸ਼ਾ ਹੁੰਦਾ ਹੈ ਉਸ ਚੀਜ਼ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਕਿ ਹਮੇਸ਼ਾ ਬੁਰੀਆਂ ਗੱਲਾਂ ਨੂੰ ਦਿਮਾਗ 'ਚ ਲਿਆ ਕੇ ਡਿਸੀਜਨ ਲੈਣ ਜੇ ਉਹਦੇ ਬਾਰੇ ਸੋਚ ਕੇ ਡਿਸੀਜਨ ਲੈ ਜਾਣਾ ਮੇਬੀ ਕੁਝ ਹੋਰ ਹੀ ਚੀਜ਼ਾਂ ਹੋਣ ਚੀਜ਼ਾਂ ਹੀ ਬਦਲ ਜਾਣਗੇ ਨਾਲ ਸੋਲਵ ਹੋ ਸਕਦੀਆਂ ਨੇ ਕਿਉਂਕਿ ਇਹਨਾਂ ਚੀਜ਼ਾਂ ਤੋਂ ਬੰਦਾ ਸਿਰਫ ਫਿਜ਼ੀਕਲੀ ਮੈਂਟਲੀ ਇਮੋਸ਼ਨਲੀ ਇਮੋਸ਼ਨਲੀ ਜੋ ਹੈ ਡレイン ਆਊਟ ਹੋ ਜਾਂਦਾ ਕਿਉਂਕਿ ਇੱਕ ਤਾਂ ਸਭ ਤੋਂ ਪਹਿਲੀ ਚੀਜ਼ ਕਿ ਇਹ ਗੱਲਾਂ ਬਹੁਤ ਟਾਈਮ ਕੰਜ਼ਿਊਮਿੰਗ ਨੇ ਕਿਉਂਕਿ ਹਰ ਬੰਦਾ ਆਪਣੇ ਵੱਲ ਦੀ ਸਟੋਰੀ ਆਪਣੇ ਵੱਲ ਦਾ ਬਿਆਨ ਆਪਣੇ ਵੱਲ ਦੀਆਂ ਗੱਲਾਂ ਪਾਵੇਂ ਸੱਚੀਆਂ ਜਾਂ ਝੂਠੀਆਂ ਦੋਨੇ ਪਾਸਿਆਂ ਦੀ ਗੱਲਾਂ ਕਰਦਾ ਹੈ ਸੋਸ਼ਲ ਮੀਡੀਆ ਅਸੀਂ ਹਰ ਵਾਰੀ ਇਹ ਗੱਲ ਕਹਿੰਦੇ ਆ ਕਿ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਪਲੇਟਫਾਰਮ ਹੈ ਕਿ ਕਿਸੇ ਨੂੰ ਬਣਾ ਵੀ ਸਕਦਾ ਹੈ ਤੇ ਕਿਸੇ ਨੂੰ ਡੁਬਾ ਵੀ ਸਕਦਾ ਹੈ ਤੇ ਇੱਕ ਇਨਸਾਨ ਨੂੰ ਬਹੁਤ ਵਕਤ ਜੋ ਹੈ ਲੱਗ ਜਾਂਦਾ ਆਪਣਾ ਇੱਕ ਨਾਮ ਬਣਾਉਣ ਲਈ ਆਪਣੀ ਇੱਕ ਪਛਾਣ ਬਣਾਉਣ ਲਈ 25 ਸਾਲ 25 ਸਾਲ ਮੈਂ ਸਿਰਫ ਉਸਤਾਦ ਜੀ ਦੀ ਗੱਲ ਨਹੀਂ ਕਰੀ ਜਨਰਿਕ ਤੌਰ ਤੇ ਗੱਲ ਕਰ ਰਹੀ ਹਾਂ ਕਿ ਅੱਜ ਤੁਸੀਂ ਸਾਨੂੰ ਵੇਖਣ ਵਾਲੇ ਅਸੀਂ ਹੋਰਾਂ ਨੂੰ ਵੇਖਣ ਵਾਲੇ ਉਸਤਾਦ ਜੀ ਨੂੰ ਵੇਖਣ ਵਾਲੇ ਸਾਰੀ ਦੁਨੀਆ ਨੂੰ ਜਿਨ ਤੁਸੀਂ ਸਾਨੂੰ ਜਿੱਥੇ-ਜਿੱਥੇ ਵੀ ਵੇਖ ਰਹੇ ਹੋ ਹੈ ਨਾ ਤੁਸੀਂ ਆਪਣਾ ਟਾਈਮ ਕੱਢ ਕੇ ਕੀਮਤੀ ਟਾਈਮ ਕੱਢ ਕੇ ਸਾਨੂੰ ਵੇਖਦੇ ਹੋ ਅਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਤੁਹਾਡੇ ਲਈ ਵੀਡੀਓ ਬਣਾਉਂਦੇ ਆ ਤੇ ਉਹ ਸਾਡੀ ਮਿਹਨਤ ਹੈ ਤੁਸੀਂ ਸਾਨੂੰ ਦੇਖਦੇ ਹੋ ਉਹ ਤੁਹਾਡੀ ਮਿਹਨਤ ਹੈ ਤੇ ਉਸ ਤੋਂ ਬਾਅਦ ਅਸੀਂ ਅੱਜ ਜੋ ਕੁਝ ਵੀ ਆ ਉਸ ਤੁਸੀਂ ਬਣਾਇਆ ਸਾਨੂੰ ਉਦੋਂ ਹੀ ਉਸਤਾਦ ਜੀ ਨੂੰ ਤੁਸੀਂ ਸਾਰਿਆਂ ਨੇ ਬਣਾਇਆ ਉਹਨਾਂ ਨੇ ਆਪਣੀ ਜੋ ਹੈ ਪਛਾਣ ਆਪਣੀ ਆਇਡੈਂਟਿਟੀ ਇੰਡਸਟਰੀ ਵਿੱਚ ਕੰਮ ਕਰਕੇ ਇੰਨੇ ਸਾਲ ਲਗਾ ਕੇ ਆਪਣੇ ਘਰ ਪਰਿਵਾਰ ਦੇ ਵਿੱਚ ਜੋ ਹੈ ਮਤਲਬ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਵੀ ਅੱਜ ਵੀ ਉਹ ਆਪਣੇ ਆਪ ਨੂੰ ਇੱਕ ਨਿਮਾਨਾ ਪਰਸਨ ਬਣਾ ਕੇ ਅੱਗੇ ਹੋਰ ਸੇਵਾ ਕਰਨਾ ਚਾਹਦੇ ਲੋਕ ਕਰ ਰਹੇ ਨੇ ਹਲੇ ਵੀ ਕਰ ਰਹੇ ਨੇ ਹਰ ਬੰਦੇ ਦੀ ਸੇਵਾ ਕਰ ਰਹੇ ਨੇ ਇਸ ਰੀਜ਼ਨ ਤੋਂ ਅਜੇ ਵੀ ਉਹਨਾਂ ਨੇ ਕਿਸੇ ਵੀ ਚੀਜ਼ ਦਾ ਇਲਜ਼ਾਮ ਨਹੀਂ ਲਗਾਇਆ ਹੈ ਅੱਗੇ ਆ ਕੇ ਉਹਨਾਂ ਤੇ ਜਿਹੜੀ ਗੱਲਾਂ ਪਾਈਆਂ ਗਈਆਂ ਨੇ ਉਹਨਾਂ ਨੇ ਸਿਰਫ ਡਿਫੈਂਡ ਕੀਤਾ ਹੈ ਉਹਨਾਂ ਦੇ ਕਲੀਅਰਿਫਿਕੇਸ਼ਨ ਡਿਫੈਂਡ ਕੀਤਾ ਹੈ ਕਿਉਂਕਿ ਜਿਹੜੀ ਗੱਲ ਗਲਤ ਨਹੀਂ ਉਹ ਗਲਤ ਨਹੀਂ ਹੁਣ ਕੋਈ ਵੀ ਇਨਾ ਪਪੂਲਰ ਬੰਦਾ ਆਪਣੇ ਉੱਤੇ ਕੋਈ ਵੀ ਬਿਨਾ ਮਤਲਬ ਦਾ ਇਲਜ਼ਾਮ ਰੱਖ ਕੇ ਆਪਣੇ ਉਹ ਆਪਣੀ ਡੀਫੈਮਿੰਗ ਨਹੀਂ ਚਾਹੇਗਾ ਤੇ ਤੇ ਆਈ ਥਿੰਕ ਐਜ਼ ਮਚੁਰ ਅਡਲਟਸ ਤੁਸੀਂ ਸਾਰੇ ਵੀ ਹੋ ਅਸੀਂ ਸਾਰੇ ਵੀ ਹੈਗੇ ਆ ਐਜ਼ ਮਚੁਰ ਸਮਝਦਾਰ ਅਡਲਟਸ ਤੁਸੀਂ ਜੋ ਹੈ ਆਪਸ ਵਿੱਚ ਸ਼ਾਂਤੀ ਚ ਬਹਿ ਕੇ ਗੱਲ ਕਰੋ ਜਦ ਇੰਨੀ ਗੱਲ ਵੱਧ ਜਾਵੇ ਤਾਂ ਸਭ ਤੋਂ ਬੈਸਟ ਹੁੰਦਾ ਕਿ ਜਿਸ ਬੰਦੇ ਵਿੱਚ ਜਾਂ ਜਿੰਨਾਂ ਲੋਕਾਂ ਦੇ ਵਿੱਚ ਇਹ ਇਸ਼ੂ ਚੱਲ ਰਿਹਾ ਹੈ ਉਹ ਬਾਕੀ ਸਾਰਿਆਂ ਨੂੰ ਸਾਈਡ ਕਰਕੇ ਆਪਸ ਚ ਇਕੱਲੇ ਬਹਿ ਕੇ ਗੱਲ ਕਰਕੇ ਸੌਲਵ ਕਰੋ ਜੇ ਨਾ ਹੋਵੇ ਤਾਂ ਚੰਗਾ ਤਰੀਕਾ ਅਪਣਾਓ ਅੱਗੇ ਰਿਸਪੈਕਟਡ ਤਰੀਕੇ ਨਾਲ ਇੱਕ ਦੂਜੇ ਬਾਰੇ ਗੱਲ ਕਰੋ ਸੋਸ਼ਲ ਮੀਡੀਆ ਇੱਕ ਦੂਜੇ ਦੇ ਉੱਤੇ ਸੋਸ਼ਲ ਮੀਡੀਆ ਤੇ ਇੱਜ਼ਤ ਬਣਨੀ ਨਹੀਂ ਹੈ ਕਿਸੇ ਦੀ ਇੱਥੇ ਇੱਜ਼ਤ ਨਹੀਂ ਬਣੇਗੀ ਥੱਲੇ ਕਮੈਂਟਸ ਦੇ ਵਿੱਚ ਕੋਈ ਇਜ਼ਤ ਬਣਾਣ ਨਹੀਂ ਆਂਦਾ ਉੱਥੇ ਸਭ ਕੁਝ ਖਰਾਬ ਹੀ ਹੋਏਗਾ ਸੋ ਇਟਸ ਬੈਟਰ ਕੇ ਆਪਣਾ ਆਪ ਆਪਣੇ ਹੱਥ ਵਿੱਚ ਰੱਖੋ ਤੇ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਸਾਰਟ ਕਰੋ ਹਸਨੈਨ ਪਾਜੀ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ so much ਅੱਛੇ ਬੜੇ ਇਨਫੋਰਮੇਟਿਵ ਸੀਗਾ ਇੰਟਰਵਿਊ ਪਾਜੀ ਦਾ ਕਾਫੀ ਚੀਜ਼ਾਂ ਉਹਨਾਂ ਨੇ ਕਲੀਅਰ ਕੀਤੀਆਂ ਕਿਉਂਕਿ ਉਹਨਾਂ ਦੇ ਉੱਤੇ ਵੀ ਜਿਹੜੇ ਪਰਸਨਲ ਵਾਰ ਹੋਏ ਨੇ ਜੋ ਉਹਨਾਂ ਨੇ ਦੱਸ ਰਹੇ ਨੇ ਉਹਦੇ ਨਾਲ ਉਹ ਬਹੁਤ ਭਰੇ ਹੋਏ ਨੇ ਆਬਵੀਅਸਲੀ ਬੰਦਾ ਇਮੋਸ਼ਨਲ ਹੋ ਜਾਂਦਾ ਬੰਦਾ ਦੱਸਦੇ ਦੱਸਦੇ ਉਹਦੇ ਕੋਲ ਇੰਨੀ ਗੱਲਾਂ ਸੀਗੀਆਂ ਹਸਨੈਨ ਕੋਲ ਇੰਨੀਆਂ ਗੱਲਾਂ ਸੀਗੀਆਂ ਉਹ ਜ ਅ ਬਰਡ ਖੈਰ ਜੋ ਆਈ ਥਿੰਕ ਇਸ ਵੀਡੀਓ ਦੇ ਵਿੱਚ ਉਮਰ ਬਾਜੀ ਨੂੰ ਵੀ ਬਹੁਤ ਜ਼ਿਆਦਾ ਕ੍ਰੈਡਿਟ ਜਾਂਦਾ ਹੈ ਐਜ਼ ਅ ਮੈਚੁਰ ਕਨਕਲੂਜਨ ਕੰਡਾ ਲਈ ਮੈਚੁਰ ਆਰਟਿਸਟ ਉਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਡਿਸਪਲਿਨਡ ਤਰੀਕੇ ਨਾਲ ਇਹ ਇੰਟਰਵਿਊ ਕੰਡਕਟ ਕੀਤਾ ਤੇ ਹੋਪ ਕਰਦੇ ਆ ਗਾਇਸ ਕਿ ਸਾਡਾ ਇਹ ਪਿਆਰ ਔਰ ਸਪੋਰਟ ਉਸਤਾਦ ਜੀ ਲਈ ਜਿਦਾਂ ਹੈਗਾ ਉਦਾਂ ਹੀ ਤੁਹਾਡਾ ਵੀ ਬਣਿਆ ਰਹੇਗਾ ਤੇ ਕਿਸੇ ਦੀ ਇੱਜ਼ਤ ਤੇ ਅਟੈਕ ਨਾ ਕਰੋ ਬਿਲਕੁਲ ਤੇ ਪਲੀਜ਼ ਬੁਰੇ ਕਮੈਂਟਸ ਕਰਨ ਤੋਂ ਬਚੋ ਚੰਗੀਆਂ ਚੀਜ਼ਾਂ ਕਰੋ ਦੁਆਵਾਂ ਕਰੋ ਕਿ ਇਹ ਮੈਟਰ ਜਿਦਾਂ ਵੀ ਹੈ ਜਿਸ ਤਰ੍ਹਾਂ ਦਾ ਵੀ ਹੈਗਾ ਆ ਕੋਈ ਵੀ ਇੰਪੈਕਟ ਨਾ ਹੋਵੇ ਛੇਤੀ ਛੇਤੀ ਬੋਲਟ ਜਾਵੇ ਸਾਰੇ ਆਪਣੀ ਆਪਣੀ ਜ਼ਿੰਦਗੀ ਵਿੱਚ ਜੋ ਹੈ ਵਾਪਸ ਉਸ ਸ਼ਾਇਰ ਨਾਲ ਜੋ ਹੈ ਚਲੇ ਜਾਣ ਪੀਸ ਹੋਵੇ ਠੀਕ ਗਾਇਸ ਅਸੀਂ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਉਸਤਾਦ ਜੀ ਬਹੁਤ ਜ਼ਿਆਦਾ ਲਵ ਯੂ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਦੁਆਵਾਂ ਵਿੱਚ ਸਾਨੂੰ ਯਾਦ ਰੱਖੋ ਅਸੀਂ ਤੁਹਾਨੂੰ ਯਾਦ ਰੱਖਣਗੇ ਬਹੁਤ ਤਾਕਤ ਹੁੰਦੀ ਹੈ ਦੁਆਵਾਂ ਦੇ ਵਿੱਚ ਤੇ ਸਾਨੂੰ ਦੋ ਇਜਾਜ਼ਤ ਮਿਲਨੀ ਹੈ ਅਗਲੀ ਵੀਡੀਓ ਵਿੱਚ ਤੇ ਤੱਕ ਲਈ ਸਾਰ ਸ਼ਕਾਲ ਫਿਰ ਖਦਾ ਹਫੇਜ਼ ਟਰਾਂ